देश दुनिया च वसदे पंजाबियों नूं खुश आमदीद। मैं हरजिंदर सिंह रंधावा, तुसीं देख रहे हो पंजाब टैलीविजन, और मेरे नाल ने सीनियर जर्नलिस्ट रजीव भास्कर जी और इंद्रप्रीत जी, दोनों नूं जी आया। बहुत बहुत शुक्रिया रंधावा जी। सारे सत श्री अकाल जी। नशियां दे मामले च कार्रवाई ते सरकार ना खुश है, सरकार ही कार्रवाई कर रही है ते सरकार ही ना खुश ही, आखिर कमी कित्थे आ? असीं उन्हां दिनां च भी जिक्र कीता सी कि जदों राजजीत वाले मामले च डिसमिसल ऑर्डर जारी हुए उदों तक इहनूं बहुत गुप्त रख्या गया सी। इह प्रशासनिक घेरियां च आपसी आपा विरोध और आपसी मतभेदां दा मामला भी है। हुण गृह मंत्रालय वल्लों लिखिया गया पत्र पंजाब दे पुलिस प्रमुख नूं, इहने फिर भरवट्टे चक्के आ, इक वारी फिर आपसी विरोध नजर आ रहे आ। आखिर सरकार जिहदी अगवाई भगवंत मान कर रहे, जिहड़े चाहुंदे आ कि नशियां दे विच कुछ भी समझौता नहीं किया जाना चाहिए और कुछ भी कमी नहीं रहन देनी चाहिए, आखिर वो निराश क्यों? और उन्हां दी नाराजगी नूं गृह मंत्रालय दे पत्र चो साफ देखा जा सकता है। वो पत्र की है, उहदे नाल तुहाडी सांझ पाउंदे। दूजा मामला गवर्नर पंजाब और पंजाब सरकार दे विच खतो खताबत नूं लैके हुण SIT दा गठन हो गया। विवादित मंत्री दी विवादित कथित वीडियो दा मामला एक SIT नूं सौंपता गया, तुहाडे नाल दी सांझ पाउंदे आ। आखिर इस मामले च हुण तक कार्रवाई की हुई है और जेकर उहदी फोरेंसिक जांच दे विच उह ठीक पाई गई है ते SIT इन्वेस्टिगेट की करूगी, किस तर्ज ते करूगी, इह सवाल बड़ा अहम आ। तीजा मामला होर ज्यादा अहम उदों हो जांदा जदों पंजाब विधानसभा दे स्पीकर और डेप्टी स्पीकर उहनां दे उपर एक RTI एक्टिविस्ट वल्लों लई जानकारी दे विच इह आरोप लाया जांदा है कि उहनां ने एक दूजे नाल ग्रांटां वटा लईआं। ਕੀ ਇਹ ਪਹਿਲਾ ਮਾਮਲਾ ਪੰਜਾਬ ਦੇ ਵਿੱਚ? ਅਗਲੀ ਗੱਲ ਉਸ ਪੱਤਰਕਾਰ ਬੇਬੀ ਦਾ ਮਾਮਲਾ ਜਿਹੜੀ ਦਿੱਲੀ ਨਾਲ ਸੰਬੰਧਿਤ ਹੈ, ਲੇਕਿਨ ਉਹਨੂੰ ਖੱਜਲ ਹੋਣਾ ਪੈ ਰਿਹਾ ਪੰਜਾਬ ਦੇ ਵਿੱਚ ਔਰ ਉਹ ਹਾਈ ਕੋਰਟ ਦੇ ਵਿੱਚ ਗਈ। ਹਾਈ ਕੋਰਟ ਦੇ ਵਿੱਚ ਇਹਦੀ ਸੁਣਵਾਈ ਅੱਜ ਫੇਰ ਆ ਰਹੀ ਹੈ, ਕੱਲ ਵੀ ਹੋਈ ਆ, ਉਹਦੀ ਸਾਰੀ ਨਾਲ ਤੁਹਾਡੀ ਸਾਂਝ ਪਾਉਂਦੇ ਆ। ਅਮਰੂਦਾਂ ਦਾ ਮਾਮਲਾ ਨਹੀਂ ਜੇ ਮੁੱਕਿਆ ਅਜੇ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਜਿਹੜੀ ਗ੍ਰਹਿ ਮੰਤਰਾਲੇ ਨੇ ਚਿੱਠੀ ਲਿਖੀ ਆ, ਗ੍ਰਹਿ ਦੇ ਸਕੱਤਰ ਅੱਜ ਕੱਲ ਨੇ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਅਨੁਰਾਗ ਵਰਮਾ ਪੁਲਿਸ ਨੂੰ ਸਾਰੀ ਨੂੰ ਦੇਖਦੇ ਆ ਬਤੌਰ ਗ੍ਰਹਿ ਸਕੱਤਰ, ਤੇ ਮੈਨੂੰ ਜ਼ਰੂਰ ਹੁਣੇ ਦੱਸਿਓ ਕਿ ਜਦੋਂ DGP ਨੂੰ ਉਹ ਪੱਤਰ ਲਿਖ ਰਿਹਾ ਤੇ ਕਿਸ ਗੱਲ ਦਾ ਜ਼ਿਕਰ ਕਰ ਰਿਹਾ ਜਦੋਂ ਕਿ ਜਾਂਚਾਂ ਜੋ ਉਹਨਾਂ ਦਾ ਕਾਫੀ ਅੱਗੇ ਵਧੀਆਂ ਹੋਈਆਂ। ਰੰਧਾਵਾ ਸਾਹਿਬ, ਜਿਹੜੀ ਹਾਈ ਕੋਰਟ ਦੇ ਵਿੱਚ ਇੱਕ ਸਿਧਾਰਥ ਚੱਟੋਪਾਧਿਆ ਦੀ SIT ਨੇ ਚਾਰ ਰਿਪੋਰਟਾਂ ਦਿੱਤੀਆਂ ਸੀ, ਉਹ 'ਚ ਤਿੰਨ ਤਾਂ ਉਹਨਾਂ ਨੇ ਜਾਰੀ ਕਰਤੀਆਂ ਸੀ, ਗਵਰਨਮੈਂਟ ਨੂੰ ਭੇਜਦੀਆਂ ਸੀ ਐਕਸ਼ਨ ਵਾਸਤੇ, ਇੱਕ ਹਜੇ ਰੁਕੀ ਹੋਈ ਹੈ। ਇਹ ਤਿੰਨ ਰਿਪੋਰਟਾਂ ਦੇ ਉੱਤੇ ਕਾਰਵਾਈ ਕਰਨ ਲਈ ਡਿਪਾਰਟਮੈਂਟ ਨੇ DGP ਨੂੰ ਭੇਜ ਦਿੱਤਾ ਸੀ ਕਿ ਇਹਦੇ ਉੱਤੇ ਜੋ ਕੁਐਸਚਨ ਉਹਨਾਂ ਨੇ ਰੇਜ਼ ਕੀਤੇ ਆ ਉਹਨਾਂ ਤੇ ਸਾਨੂੰ ਜਵਾਬ ਦਿਓ। ਤਾਂ ਉਹਦੇ ਵਿੱਚ ਇਹ ਸੀ ਕਿ ਜਿਹੜਾ ਬਰਖਾਸਤ ਇੰਸਪੈਕਟਰ ਇੰਦਰਜੀਤ ਹੈ ਉਹਨੂੰ ਕਿਵੇਂ ਤੁਸੀਂ ਆਊਟ ਆਫ ਟਰਮ ਜਾ ਕੇ ਤੁਸੀਂ ਪ੍ਰਮੋਸ਼ਨਾਂ ਦਿੱਤੀਆਂ ਨੇ, ਉਹਨੂੰ ਨਿਯਮਾਂ ਨੂੰ ਕਾਇਦਿਆਂ ਨੂੰ ਛਿੱਕੇ ਟੰਗ ਕੇ ਤੁਸੀਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ, ਦੂਜੇ ਤੋਂ ਤੀਜੇ ਜ਼ਿਲ੍ਹੇ ਲੈ ਕੇ ਜਾਂਦੇ ਰਹੇ ਹੋ। ਇਸ ਤਰ੍ਹਾਂ ਦੇ ਕਈ ਮਾਮਲਿਆਂ ਦੇ ਉੱਤੇ ਰਿਪੋਰਟ ਬਣਾਈ ਸੀ ਤੇ ਉਹਨਾਂ ਨੇ ਕਿਹਾ ਸੀ ਇਹਦੇ ਵਿੱਚ ਉੱਚ ਅਧਿਕਾਰੀ ਵੀ ਸ਼ਾਮਲ ਨੇ। ਤਾਂ ਗ੍ਰਹਿ ਡਿਪਾਰਟ ਵਿਭਾਗ ਨੇ DGP ਤੋਂ ਪੁੱਛਿਆ ਸੀ ਵੀ ਕਿਹੜੇ ਕਿਹੜੇ ਇਹਦੇ 'ਚ ਜਿਹੜੇ ਅਫਸਰ ਨੇ ਉਹ ਸ਼ਾਮਲ ਨੇ। ਤਾਂ ਜਿਹੜੀ DGP ਨੇ ਰਿਪੋਰਟ ਭੇਜੀ ਹੈ ਚੀਫ ਮਿਨਿਸਟਰ ਨੂੰ ਵਾਇਆ ਹੋਮ ਡਿਪਾਰਟਮੈਂਟ, ਉਹਨਾਂ ਨੇ ਕਿਹਾ ਕਿ ਇਹਦੇ 'ਚ ਇਕੱਲੇ ਰਾਜਜੀਤ ਹੀ ਸ਼ਾਮਲ ਨੇ, ਹੋਰ ਕੋਈ ਅਧਿਕਾਰੀ ਇਹ 'ਚ ਇਨਵੋਲਵ ਨਹੀਂ ਹੈਗਾ। ਇਸ ਜਿਹੜੇ ਲੈਟਰ ਤੋਂ ਜਿਹੜੇ ਹੈਗੇ ਚੀਫ ਮਿਨਿਸਟਰ ਵੀ ਖੁਸ਼ ਨਹੀਂ ਹੈਗੇ ਤੇ ਡਿਪਾਰਟਮੈਂਟ ਵੀ ਖੁਸ਼ ਨਹੀਂ ਹੈ। ਉਹਨਾਂ ਨੂੰ ਲੱਗ ਰਿਹਾ ਕਿ ਇਹ ਉੱਚ ਅਧਿਕਾਰੀ ਜਿਹੜੇ ਹੈਗੇ ਨੇ ਉਸ ਟਾਈਮ ਦੇ ਉਹਨਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਤਾਂ ਉਹਨਾਂ ਨੇ ਕੱਲ ਇੱਕ ਡਿਟੇਲਡ ਲੈਟਰ ਜਿਹੜਾ ਹੈਗਾ ਉਹ ਕੱਢਿਆ ਹੈਗਾ ਤੇ ਸਪੈਸੀਫਿਕ ਕੁਐਸਚਨ ਪੁੱਛੇ ਉਹਨਾਂ ਤੋਂ। ਸਭ ਤੋਂ ਪਹਿਲਾ ਕੁਐਸਚਨ ਹੀ ਉਹਨਾਂ ਨੇ ਇਹ ਪੁੱਛਿਆ ਕਿ ਜਿਹੜੇ ਮਤਲਬ ORP ਰੈਂਕਸ ਦਿੱਤੇ ਗਏ ਨੇ, ਆਊਟ ਆਫ ਟਰਮ ਜਾ ਕੇ ਦਿੱਤੇ ਗਏ ਨੇ, ਉਹ ਕਿਹਦੀ ਸਿਫਾਰਿਸ਼ ਤੇ ਦਿੱਤੇ ਗਏ ਨੇ ਤੇ ਉਹ ਉਸ ਤੇ ਸਾਈਨ ਕਿਹਦੇ ਨੇ, ਆਰਡਰਸ ਕਿਹਦੇ ਹੈ, ਸਿਫਾਰਿਸ਼ ਕਿਹਦੀ ਹੈ, ਇਹ ਸਪੈਸੀਫਿਕ ਦੱਸਿਆ ਜਾਏ। ਦੂਸਰਾ ਉਹਨਾਂ ਨੇ ਪੁੱਛਿਆ ਵੀ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੱਕ ਜਾ ਨਹੀਂ ਸਕਦੇ ਤੇ ਤੁਸੀਂ ਇਹ ਕਿਹਦੀ ਸਿਫਾਰਿਸ਼ ਤੇ ਗਿਆ ਤੇ ਕਿਹਨੇ ਇਹਨੂੰ ਸਾਈਨ ਕੀਤਾ, ਇੱਕ ਇਹ ਵੀ ਸਾਨੂੰ ਦੱਸਿਆ ਜਾਏ। ਤੀਸਰਾ ਉਹਨਾਂ ਨੇ ਇਹ ਵੀ ਪੁੱਛਿਆ ਹੈਗਾ ਵੀ ਤੁਸੀਂ ਉਹਨਾਂ ਨੂੰ CIA ਦਾ ਚੀਫ ਲਗਾਤਾ, ਜਦਕਿ ਉਸ ਟਾਈਮ ਸਭ 19 ਤੁਹਾਡੇ ਕੋਲ ਇੰਸਪੈਕਟਰ ਤੇ 43 ਸਬ ਇੰਸਪੈਕਟਰ ਸੀਗੇ, ਫਿਰ ਕਿਹੜੀ ਤੁਹਾਡੀ ਇਹੋ ਜਿਹੀ ਮਜਬੂਰੀ ਸੀ ਕਿ ਤੁਸੀਂ ਇੱਕ ਜੂਨੀਅਰ ਅਧਿਕਾਰੀ ਨੂੰ ਜਿਹੜਾ ਮਤਲਬ ਕਿ ਘੱਟੋ ਘੱਟ ਨਹੀਂ ਤਾਂ 64-65 ਨੰਬਰ ਤੇ ਹੈ ਉਹਨੂੰ ਤੁਸੀਂ CIA ਦਾ ਉਹ ਲਗਾਇਆ। ਇੱਕ ਹੋਰ ਸ਼ਿਕਾਇਤ ਕੋਈ ਫਗਵਾੜੇ ਦੀ ਵੀ ਭੇਜੀ ਗਈ ਹੈ ਉਹਨਾਂ ਨੂੰ, DGP ਸਾਹਿਬ ਨੂੰ। ਉਹਨਾਂ ਨੇ
उस च सारे एलीगेशन ने स्पेसिफिक एलीगेशन लिखिया ही यही है कि इस च स्पेसिफिक एलीगेशन ने उन्हां नूं ओआरपी रैंक्स देण दे मामले च और उन्हां नूं एक जिले तों दूजे जिले च ट्रांसफर करन दे मामले च। इस दे उत्ते सानूं अपनी डिटेल टिप्पणी भेजो। ये सारे तो ऐ लग रहा है कि जिवें मुख्यमंत्री खुश नहीं हैगे, उन्होंने और उन्होंने लग रहा है कि डीजीपी साहब काफी कुछ छिपा रहे ने जिहड़ा दसना बनता है। इस करके नवे सिरे तो उन्होंने अः जिहड़ा बर्खास्त इंस्पैक्टर इंद्रजीत है उसके सारे करियर की जानकारी मंगी है भी वह कदों कितने कदों भर्ती होया, कदों कदों उन्हें प्रमोशन मिलिया, कि सिफारिशा दे मिलिया, वो सारी डिटेल रिपोर्ट मंगी है और जिस तो शायद ये सामने आ जाए भी होर केड़े केड़े आला अधिकारी जोड़े है ने, वो भी इनवॉल्व रहे हैं। क्योंकि तुम्हें याद होगा राजजीत ने तो खुद ही कहा कि मेरे नाल तो 14 महीने इंद्रजीत ने काम किया, बाकी तो होर ने किया है। तो सरकार ये जानना चाहती है कि बाकी होर फिर किहड़े अधिकारी ने जिन्होंने उन्होंने शह दी है, जिन्होंने आउट ऑफ टर्म प्रमोशन दिखाई ने। सच एक होर क्वेश्चन सॉरी रह गया, एक ये भी पूछा गया भी तुसी जदों उन्होंने आउट ऑफ टर्न प्रमोशन दे रहे थे उहदे खिलाफ इन्ने सीरियस एलीगेशन सीगे, केस दर्ज है 98 दे विच उहदे ते, उहनूं सारे केसां तों बरी करता। ये किवें हो सकता भी तुसी आउट ऑफ टर्म प्रमोशन दे ली वो सारे केसां तों बरी क्यों किया? वो रिपोर्ट जिहड़ी हैगी है किहने मतलब उहदी जांच कीती है ते क्यों बरी किया है, वो सारी रिपोर्ट भी जिहड़ी हैगी है वो मंग ली गई है। मैनूं लगता कि आने वाले टाइम च जिहड़े होर अधिकारी ने जिन्हां दा हजे तक शायद डीजीपी नाम छिपा रहे सी या उन्होंने अजे नशर नहीं सी किया जा रहा, वो वाले जिहड़े हैगे ने वो भी मंग ले गए, तो उन्हां दी मुश्किलां भी वध सकदियां ने। इस लख टके का सवाल है कि जे किसी के खिलाफ विभागी इनकुआरी चलदिया ने, जे किसी के खिलाफ कोई केस ऑलरेडी है ने पेंडिंग, तो तुसी उहदे संबंधी कोई भी फैसला, भावें उहदी ट्रांसफर का, भावें उहदी प्रमोशन का, किसी भी तरह का उहदे संबंधी फैसला लेना है, तो तुसी उहदे रिकॉर्ड के विचों दी जो भी उहदे दस्तावेज है उहदे चों निकलदे हो, उहदे अतीत विच जो भी है, उहनूं दरकिनार क्यों किया गया? उन्होंने क्लीन चिट देनी अलग चीज है, लेकिन उन्होंने अखों उल्ले करके तुसी तरक्कियां देंदे रहे। आखिर तुहाडा इहदे विच एजेंडा की सी, तुहानू की उहदा मिठा सी? पंजाबी च कहिंदे वी तुहानू की पई सी अपने ते इन्हें रिस्क लैण दी, ते जिन्हां ने रिस्क ले आ उन्होंने हुण बेपरद करन दी गल कर रहे आ गृह विभाग वाले मुख्यमंत्री दे आदेश ते। इहदे च डीजीपी साहब भी तो मेरे ख्याल उस पीरियड दे विच उन्हां दा कोई लैण देण तां है नहीं। मैनूं लगदा है कि कितने इंज तो नहीं कि आपस में कहा गया हो कि मैनू भेजो चिट्ठी, चंगी तरह की चिट्ठी भेजो, फिर ही मैं जवाब दूंगा, विस्थार च मंगो। मैं बुरा नहीं बनना चाहता अपने कुलीग्स जां कोई जिहड़े जिन्हां दे नां आउणे ने, कल नूं डीजीपी साहब नूं कहणगे वेख लो जी तुसीं तां साडा लिहाज ही नहीं किया, अगले कहणगे जी मेथों तां स्पेसिफिक तौर ते इनफॉर्मेशन मंगी गई। भास्कर साहब कदे कदे इंज भी हो जाता ना भी चिट्ठी आप ही बिल्कुल लिखवा ली जाती, विरोध नाम ही होण कि ठोक के लिखियो, मैं ठोक के जवाब दे दूं। जिथे तक उस लैटर की गल हैगी है, यह लैटर जब पहले लिखा गया सी तुहानू याद होएगा, जब अनुराग वर्मा उन्होंने पूछा सीगा इंद्रजीत के मामले के विच होर जिन्हें भी सीनियर अधिकारी ने किने उहदी ओआरपी, क्योंकि यह सारी प्रमोशन ओआरपी रैंक राजजीत ने नहीं दिती। राजजीत का मामला तो तरन तारण जाके शुरू होंदा है, उस तो बाद हुशियारपुर आंदा है, डबल प्रमोशन, वो तारीफ दे, प्रशंसा दे, लैटर सर्टिफिकेट, वो सारी गल्लां उत्थे हैगी है। क्योंकि इंद्रजीत उन्हां दा ज्यादा टेन्योर बीतिया जलंधर, कल इंद्रजीत दी नहीं है, इंद्रजीत दा ते अनुराग वर्मा उन्होंने सिर्फ मैंशन किया है। पुलिस विभाग दे विच हर जिले दे विच हर एसएसपी दे अंडर इदां दे कई इंद्रजीत हैगे ने। जे सारे इंद्रजीतां दी तलाश करनी शुरू करोगे ना तो गल खलारा जिहा पै जाएगा, और मैनू लगता है कि डीजीपी साहब ने उस खलारे तो बचण वास्ते एक जिस दिन यह लैटर आया शायद तुहानूं याद होएगा, उसी दिन उन्होंने जवाब देता सी भी नहीं इन्वेस्टिगेट कर लिया इंद्रजीत के मामले के विच, सिर्फ सुमेर सिंह सैनी उन्होंने रिकमेंडेशन राजजीत दी और अप्रूवल सुमेर सिंह सैनी उन्होंने तो गल मुक जाऊगी। गल तो हुण इंद्रजीतां दी शुरू हुई है, क्योंकि जब इंद्रजीत कहिंदे आ तो एक लिमिटेड जिहा दायरा हुंदा है, जे इंद्रजीतां दी तलाश करनी शुरू करोगे तो बहुत कुछ मिलेगा। यह लैटर जिहड़ा होम सैकटरी ने लिखिया है, मैनूं इह लगदा इहदा दायरा होर वधाउणा चाहीदा है। मंत्र भुल गई वे नाग छेड़ के काला, ਵੀ ਡੀਜੀਪੀ ਸਾਹਿਬ ਦਾ ਤਾਂ ਇਹੀ ਤਰਕ ਹੋਣਾ ਹੈ ਨਾ ਕਿ ਆਪਾਂ ਇਹੋ ਜਿਹੇ ਸਿਰਸੜੇ ਮਾਮਲੇ ਨੂੰ ਨਾ ਹੀ ਅੱਗੇ ਤੋਰੀਏ। ਮੈਨੂੰ ਲੱਗਦਾ ਉਹ ਬਚਣ ਦੇ ਯਤਨ 'ਚ ਰਹਿ ਗਏ, ਲੇਕਿਨ ਸਰਕਾਰ ਕਹਿੰਦੀ ਨਾ ਸਾਡੇ ਪਿੱਛੇ ਤੇ ਕੋਈ ਭਾਰ ਹੈ ਨਹੀਂ।
ਸਵਾਲ ਕਾਫੀ ਔਖਾ ਜਿਹਾ ਫਸ ਗਿਆ। ਆਪਾਂ ਅਗਲੀ ਖਬਰ ਤੇ ਜਾਂਦੇ ਹਾਂ। ਭਾਸਕਰ ਸਾਹਿਬ, ਕਟਾਰੂ ਚੱਕ ਉਹਨਾਂ ਦੇ ਮਾਮਲੇ ਨੇ ਕਾਫੀ ਤੂਲ ਫੜ ਲਿਆ, ਵਿਰੋਧੀਆਂ ਦੇ ਨਿਸ਼ਾਨੇ ਤੇ ਮੀਡੀਆ ਦੇ ਵਿੱਚ ਖਬਰਾਂ, ਗਵਰਨਰ ਸਾਹਿਬ ਨੇ ਉਹ ਚਿੱਠੀ ਪੱਤਰ। ਇਸ ਵੇਲੇ ਹੁਣ SIT ਬਣਾ ਕੇ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ? ਪਹਿਲੀ ਗੱਲ ਤਾਂ ਇਹ ਕਿ ਕੋਈ ਵੀ ਜਾਂਚ ਤੋਂ ਪਹਿਲਾਂ ਜੇ ਕਿਸੇ ਦਾ ਅਸਤੀਫਾ ਲੈ ਲਿਆ ਜਾਵੇ, ਭਾਵੇਂ ਫਾਰ ਦਾ ਟਾਈਮਿੰਗ ਹੋਵੇ, ਤੇ ਮੈਨੂੰ ਲੱਗਦਾ ਇਹ ਕਾਫੀ ਉਦਾਹਰਣੀ ਹੋਣਾ ਸੀਗਾ ਕਿ ਬੰਦੇ ਸੱਚਮੁੱਚ ਜੋ ਕਹਿੰਦੇ ਆ ਉਹ ਕਰਦੇ ਆ। ਕੀ ਕਹਿੰਦੇ? ਜਿੱਥੇ ਤੱਕ ਕਟਾਰੂ ਚੱਕ ਉਹਨਾਂ ਦਾ ਮਾਮਲਾ ਹੈ, ਭਾਵੇਂ ਇਸ ਮਾਮਲੇ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਉਹਨਾਂ ਲੇਬਰ ਡੇ ਤੇ, ਲੇਬਰ ਡੇ ਮਤਲਬ 1 ਮਈ ਨੂੰ, ਇਹ ਕੰਪਲੇਂਟ ਉਹ ਦੋ ਪੈਂਡਰਾਈਮਾਂ ਦੇ ਕੇ ਆਏ ਸੀਗੇ ਗਵਰਨਰ ਸਾਹਿਬ ਨੂੰ, ਤੇ ਬਾਹਰ ਨਿਕਲ ਕੇ ਕਿਹਾ ਸੀ ਮੈਂ ਕੁਛ ਏਦਾਂ ਦਾ ਅੰਦਰ ਦੇ ਕੇ ਆਇਆ ਔਰ ਇਹਦੀ ਫੋਰੈਂਸਿਕ ਜਾਂਚ ਵਾਸਤੇ ਕੀਤੇ ਆ। ਛੇ ਮਈ ਨੂੰ 5 ਦਿਨ ਬਾਅਦ ਗਵਰਨਰ ਸਾਹਿਬ ਨੇ ਇਹ ਰਿਪੋਰਟ ਸਰਕਾਰ ਨੂੰ ਭੇਜਤੀ ਸੀਗੀ ਵੀ ਇਹ ਸਾਰਾ ਕੁਛ ਸਹੀ ਪਾਇਆ ਗਿਆ ਇਹਦੇ ਵਿੱਚ, ਔਰ ਕੋਈ ਵੀ ਪਾਤਰ ਮੋਰਫਡ ਨਹੀਂ ਹੈ, ਇੱਕ ਤਰੀਕੇ ਨਾਲ ਡਾਕਟਰ ਨਹੀਂ ਹੈ, ਟੇਪ ਬਿਲਕੁਲ ਓਰਿਜਨਲ ਹੈਗੀ ਹੈ, ਜੋ ਜੋ ਕਿਰਦਾਰ ਜਿੱਥੇ ਜਿੱਥੇ ਹੈਗਾ ਉਦਾਂ ਉਦਾਂ ਹੀ ਬਿਲਕੁਲ ਸਹੀ ਤਰੀਕੇ ਨਾਲ ਹੈਗਾ। ਫਿਰ ਇੱਕ ਉਹ ਕੇਸ਼ਵ ਨਾਂ ਦੇ ਇੱਕ ਯੁਵਕ ਦੀ ਸਟੇਟਮੈਂਟ ਆਉਂਦੀ ਹੈ ਜੋ ਕਹਿੰਦਾ ਮੇਰੇ ਨਾਲ ਇੱਦਾਂ ਇੱਦਾਂ 2013 ਤੋਂ ਹੋ ਰਿਹਾ ਸੀਗਾ, ਉਹ ਸਾਰੀ ਗੱਲਾਂ ਸਾਰਿਆਂ ਨੇ ਸੁਣੀਆਂ। ਨੈਸ਼ਨਲ ਕਮਿਸ਼ਨ ਫੋਰ ਸ਼ੈਡਿਊਲ ਕਾਸਟ ਉਹਦਾ ਨੋਟਿਸ ਪੰਜਾਬ ਸਰਕਾਰ ਨੂੰ, ਪੰਜਾਬ ਸਰਕਾਰ ਤੋਂ 24 ਘੰਟੇ ਦੇ ਵਿੱਚ ਜਵਾਬ ਮੰਗਿਆ ਸੀਗਾ। ਸਰਕਾਰ ਇਸ ਮੁੱਦੇ ਦੇ ਉੱਤੇ ਕਤਰਾ ਰਹੀ ਹੈ, ਲੱਗਦਾ ਸੀਗਾ ਟੀਚਾ ਕਿ ਇਲੈਕਸ਼ਨ ਟਪਾਉਣਾ ਚਾਹੁੰਦੇ ਨੇ, ਉਸ ਤੋਂ ਬਾਅਦ ਕਟਾਰੂ ਚੱਕ ਦੀ ਗੱਲ ਹੋਏਗੀ। ਕੱਲ ਵੀ ਇੱਕ ਸੀਨੀਅਰ ਮੰਤਰੀ ਨਾਲ ਮੇਰੀ ਗੱਲ ਹੋਈ, ਉਹਨਾਂ ਦਾ ਵੀ ਇਹ ਮੰਨਣਾ ਸੀਗਾ ਵੀ 10 ਤਰੀਕ ਤੋਂ ਬਾਅਦ ਕਟਾਰੂ ਚੱਕ ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਹੋ ਸਕਦਾ। ਫਿਲਹਾਲ SIT ਬਣਾ ਦਿੱਤੀ ਗਈ ਹੈ। SIT ਦਾ ਮਤਲਬ ਵੀ ਇਹ ਹੁੰਦਾ ਟਾਈਮ ਨਿਭਾਓ। ਉਹ ਜਿਹੜੇ ਲਾਰੈਂਸ ਬਿਸ਼ਨੋਈ ਉਹਨਾਂ ਦੀ SIT ਬਣਾਈ ਸੀਗੀ, ਕਿੱਥੇ ਗਈ ਉਹ ਰਿਪੋਰਟ? ਆਈ ਕੋਈ ਰਿਪੋਰਟ? 15 ਦਿਨ ਦੇ ਵਿੱਚ ਉਸ SIT ਦੇ ਮੈਂਬਰ ਤੇ ਚੇਂਜ ਕਰਤੇ, ਪਰ ਉਹ ਇੰਟਰਵਿਊ ਕਿੱਥੇ ਹੋਇਆ ਸੀ ਹਜੇ ਵੀ ਇੱਕ ਵੱਡੇ ਸਵਾਲ ਵਜੋਂ ਸਹਿਰਦਾ ਜਾ ਰਿਹਾ। ਔਰ ਹੁਣ SIT ਬਣਾਈ ਹੈ ਜਿਹਦੇ DIG ਨਰਿੰਦਰ ਭਾਰਗਵ ਨਾਲ, ਉਹ ਹੈਗੇ ਨੇ ਇੰਚਾਰਜ, ਔਰ ਗੁਰਦਾਸਪੁਰ ਦੇ SSP ਤੇ ਪਠਾਨਕੋਟ ਦੇ SSP ਯਾਨੀ ਖੱਕ ਸਾਹਿਬ ਤੇ ਫਿਰ ਹਰੀਸ਼ ਕੁਮਾਰ ਹੋਣਾ ਇਹਦੇ ਮੈਂਬਰ ਬਣੇ ਨੇ। 15 ਦਿਨ ਦਾ ਟੀਚਾ ਦਿੱਤਾ ਗਿਆ ਕਿ 15 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਬਣਾਓ, ਔਰ ਜਦ ਵੀ ਇਹ 15 ਦਿਨਾਂ ਦਾ ਟੀਚਾ ਦਿੰਦੇ ਹੈ ਉਹ ਕਦੇ ਵੀ ਪੂਰਾ ਨਹੀਂ ਹੁੰਦਾ, ਪਰ 10 ਤਰੀਕ ਤੋਂ ਬਾਅਦ ਕਟਾਰੂ ਚੱਕ ਉਹਨਾਂ ਦੇ ਖਿਲਾਫ਼ ਸਰਕਾਰ ਕੋਈ ਐਕਸ਼ਨ ਲੈ ਸਕਦੀ ਹੈ, ਕਿਉਂਕਿ ਫੋਰੈਂਸਿਕ ਜਾਂਚ ਆਲਰੇਡੀ ਹੋ ਚੁੱਕੀ ਹੈ। SIT ਕੀ ਜਾਂਚ ਕਰੇਗੀ? ਸੋਚ ਕੇ ਦੇਖੋ ਕਿ SIT ਕੀ ਜਾਂਚ ਕਰੇਗੀ ਜਦ ਫੋਰੈਂਸਿਕ ਰਿਪੋਰਟ ਦੇ ਵਿੱਚ ਉਸ ਵੀਡੀਓ ਦੇ ਵਿੱਚ ਸਾਰੀ ਚੀਜ਼ਾਂ ਸਹੀ ਪਾਈ ਜਾ ਚੁੱਕੀ ਹੈ, ਉਹ ਵੀ ਗਵਰਨਰ ਸਾਹਿਬ ਦੀ ਚਿੱਠੀ ਦੇ ਵਿੱਚ ਲਿਖਿਆ ਹੈ। ਹੁਣ ਕਿਹਾ ਜਾ ਰਿਹਾ ਕਿ ਅੱਜ ਮੰਗਲਵਾਰ ਨੂੰ ਉਸ ਵਿਕਟਿਮ ਦੇ ਇੱਕ ਸਟੇਟਮੈਂਟ ਰਿਕਾਰਡ ਹੋਏਗੀ, ਉਸ ਤੋਂ ਬਾਅਦ ਵਾਰੀ ਕਟਾਰੂ ਚੱਕ ਦੀ ਆਏਗੀ, ਉਹਨਾਂ ਤੋਂ ਵੀ ਪੁੱਛਿਆ ਜਾਏਗਾ ਵੀ ਇਹ ਗੱਲਾਂ ਸਹੀ ਹੈ ਜਿਹੜੀ ਗੱਲਾਂ ਹੈਗੀ ਹੈ। ਹੋ ਸਕਦਾ ਹਰ ਇੱਕ ਅਕਿਊਜ਼ ਜਾਂ ਕਹਿੰਦਾ ਵੀ ਇਹ ਝੂਠੀ ਹੈ, ਪਰ ਇਹ ਇੱਕ ਟਾਈਮ ਪਾਸ ਐਕਸਰਸਾਈਜ਼ ਹੈ। ਇਲੈਕਸ਼ਨ 10 ਤਰੀਕ ਦੇ ਲੰਘ ਜਾਣ, 13 ਤਰੀਕ ਨੂੰ ਰਿਜ਼ਲਟ ਆ ਜਾਏਗਾ, ਰਿਜ਼ਲਟ ਆਉਣ ਤੋਂ ਬਾਅਦ ਕਟਾਰੂ ਚੱਕ ਉਹਨਾਂ ਦੇ ਖਿਲਾਫ਼ ਕੀ ਕਾਰਵਾਈ ਹੋਵੇ, ਭਾਵੇਂ ਆਮ ਆਦਮੀ ਪਾਰਟੀ ਇਲੈਕਸ਼ਨ ਹੈ ਜਿੱਤੇ ਜਾਂ ਹਾਰੇ, ਪਰ ਕਟਾਰੂ ਚੱਕ ਉਹਨਾਂ ਦੀ ਮੁਸ਼ਕਿਲਾਂ ਜ਼ਰੂਰ ਵਧਣਗੀਆਂ। ਇੰਦਰਪ੍ਰੀਤ ਜੀ, 2 ਹੋਣ SSP, 2 SSP ਮੂੰਹ ਭਰਦਾ SSP ਕਿਆ, ਤੇ ਇੱਕ ਉਹਨਾਂ ਤੋਂ ਵੀ ਵੱਡੇ ਅਫਸਰ DIG ਨਰਿੰਦਰ ਭਾਰਗਵ, ਉਹਨਾਂ ਦੇ ਸਾਹਮਣੇ ਸ਼ਿਕਾਇਤਕਰਤਾ ਜਦੋਂ ਆਊਗਾ, ਕੰਬਦਾ ਹੋਇਆ ਹੀ ਆਊਗਾ ਨਾ, ਉਦਣ ਕਿਹੜਾ ਕਿਸੇ ਪੋਲੀਟੀਕਲ ਪਾਰਟੀ ਦੇ ਕਿਸੇ ਬੰਦੇ ਨੇ ਨਾਲ ਆਉਣਾ ਹੈ, ਕਿਉਂਕਿ ਇਲੈਕਸ਼ਨ ਤੇ ਲੰਘ ਗਈ ਹੋਣੀ, ਹੁਣ ਤਾਂ ਕਿਸੇ ਦਾ ਇੰਟਰਸਟ ਇੰਨਾ ਰਹਿਣਾ ਨਹੀਂ ਇਸ ਮਾਮਲੇ ਦੇ ਵਿੱਚ। ਤੇ ਉਹ ਲੜਕਾ ਜਿਹੜਾ ਕੇਸ਼ਵ ਹੈ, ਉਹ ਕਿੰਨਾ ਕੁ ਫੇਸ ਕਰ ਪਾਊਗਾ, ਉਹ ਆਪਣੀ ਗੱਲ ਤੇ ਖੜਾ ਰਹਿੰਦਾ ਕਿ ਨਹੀਂ ਰਹਿੰਦਾ, ਉਹ ਸਾਰੀਆਂ ਗੱਲਾਂ ਅਗਲੇ ਦਿਨਾਂ 'ਚ ਦੇਖੀਆਂ ਜਾਣੀਆਂ। ਕਟਾਰੂ ਚੱਕ ਸਾਹਿਬ ਦਾ ਆਪਣਾ ਆਪ ਨਿਰਭਰ ਇਸ ਗੱਲ ਤੇ ਕਰਦਾ ਹੈ ਕਿ ਉਹ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਆਪਣੀ ਛਵੀ ਲਈ ਉਹਨਾਂ ਨੂੰ ਕਿੰਨਾ ਕੁ ਫਾਇਦੇਮੰਦ ਤੇ ਕਿੰਨਾ ਕੁ ਨੁਕਸਾਨਦੇਹ ਮੰਨਦੇ ਆ। ਅਦਰਵਾਈਜ਼ ਜਿਹੜੀਆਂ ਰਿਪੋਰਟਾਂ ਆਉਂਦੀਆਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਪੋਲੀਟੀਕਲ ਲੋਕਾਂ ਦੇ ਮਾਮਲੇ 'ਚ, ਉਹ ਵੀ ਸੱਤਾਧਾਰੀਆਂ ਦੇ ਮਾਮਲੇ 'ਚ ਕੁਛ ਜਾਂਚ ਹੋ ਰਹੀ ਹੋਵੇ ਤੇ ਉਹ ਜਾਂਚ ਫਿਰ ਪੋਲੀਟੀਕਲ ਬੌਸਸ ਦੀ ਨਜ਼ਰ ਤੋਂ ਪਰੇ ਦੀ ਬਣ ਕੇ ਆ ਜਾਏ, ਇੰਜ ਤਾਂ ਸੰਭਵ ਨਹੀਂ ਹੁੰਦਾ। ਇੰਦਰਪ੍ਰੀਤ ਜੀ, ਟਿੱਪਣੀ? ਰੰਧਾਵਾ, ਤੁਸੀਂ ਬਿਲਕੁਲ ਠੀਕ ਹੈ, ਇਹਦੇ 'ਚ ਜਾਂਚ ਦੀ ਜਿਹੜੀ, ਮੈਨੂੰ ਲੱਗਦਾ ਕਿ ਇਹ ਵੀ IBOS ਟਾਈਪ ਹੀ ਹੈ, ਕਿਉਂਕਿ ਨੈਸ਼ਨਲ ਜਿਹੜਾ ਕਮਿਸ਼ਨ ਹੈਗਾ ਫੋਰ ST SC ST, ਉਹਨਾਂ ਨੇ 24 ਘੰਟੇ 'ਚ ਨਹੀਂ, ਭਾਸਕਰ ਸਾਹਿਬ ਉਹਨਾਂ ਨੇ 15 ਦਿਨ 'ਚ ਰਿਪੋਰਟ ਮੰਗੀ ਸੀ। ਉਹ ਕੱਲ੍ਹ ਚੀਫ ਸੈਕਟਰੀ ਸਾਹਿਬ ਨੇ ਸਾਨੂੰ ਕਿਹਾ, ਕਲੀਅਰ ਵੀ ਕੀਤਾ ਸੀ, ਉਹਨਾਂ ਨੂੰ ਕਿਹਾ ਸੀ ਵੀ ਤਾਂ 24 ਘੰਟੇ 'ਚ ਦੇਣੀ ਸੀ। ਉਹ ਕਹਿੰਦੇ ਨਹੀਂ ਜੀ, ਉਸ ਦਿਨ ਤੁਹਾਡੇ ਪ੍ਰੈਸ ਨੋਟਾਂ 'ਚ ਹੀ ਆਇਆ ਸੀ 24 ਘੰਟੇ, ਲੇਕਿਨ ਜਿੰਨੇ ਸਾਨੂੰ ਆਰਡਰ ਆਏ ਨੇ ਜਿਹੜੇ ਉਸ 'ਚ 15 ਦਿਨ ਲਿਖਿਆ ਹੋਇਆ ਇਸ ਕਰਕੇ। ਪਰ ਅਸੀਂ ਫਿਰ ਵੀ, ਕਿਉਂਕਿ ਮਾਮਲਾ ਬਹੁਤ ਗੰਭੀਰ ਹੈ, ਇਹਦੀ ਜਿਹੜੀ ਅੰਤਰਿਮ ਰਿਪੋਰਟ ਹੈਗੀ ਹੈ ਉਹ ਅਸੀਂ SC ਕਮਿਸ਼ਨ ਨੂੰ ਭੇਜਤੀ ਹੈ ਕਿ ਅਸੀਂ SIT ਬਣਾ ਕੇ ਇਹਦੀ ਜਾਂਚ ਕਰ ਰਹੇ ਹਾਂ ਔਰ ਜਲਦੀ ਇਹਦੀ ਰਿਪੋਰਟ। ਸਵਾਲ ਇਹ ਸੀਗਾ ਕਿ ਇੱਕ ਮੇਰੀ ਹੋਰ ਬੜਾ ਸੀਨੀਅਰ ਅਧਿਕਾਰੀ ਹੈ ਸਰਕਾਰ ਦੇ ਵਿੱਚ, ਬਹੁਤ
ਉੱਚੇ ਅਹੁਦੇ ਤੇ ਨਹੀਂ, ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਨਾ ਇਸੇ ਮਾਮਲੇ ਤੇ, ਉਹ ਕਹਿ ਰਹੇ ਸੀਗੇ ਕਿ ਯਾਰ ਇਹਦੇ 'ਚ ਕੁਛ ਬਣਦਾ ਹੀ ਨਹੀਂ ਹੈ, SIT ਕੀ ਜਾਂਚ ਕਰੇਗੀ। ਉਹਨਾਂ ਦਾ ਵੀ ਇਹੀ ਸੀ ਕਿ ਦੇਖੋ ਇੱਕ ਤਾਂ ਪਹਿਲੀ ਗੱਲ, ਦੋ ਕੇਸ ਨੇ, ਇੱਕ ਤਾਂ ਇਹੀ ਕਿ SC SC ਦੇ ਖਿਲਾਫ ਕੋਈ ਅਗਰ ਸ਼ਿਕਾਇਤ ਕਰਦਾ ਤਾਂ SC ਐਕਟ ਦੇ ਅਧੀਨ ਪਰਚਾ ਹੋ ਸਕਦਾ ਕਿ ਨਹੀਂ ਹੋ ਸਕਦਾ। ਇਹ ਕਹਿੰਦੇ ਨਹੀਂ ਹੋ ਸਕਦਾ, ਜਿਹੜੀ ਧਾਰਾ 3 ਹੈਗੀ ਹੈ SC ਐਕਟ ਦੀ, ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਹੈ ਵੀ ਉਹ ਜਿਹੜਾ ਹੈ ਜਿਹੜਾ ਪ੍ਰਤਾੜਿਤ ਕਰਨ ਵਾਲਾ ਹੈ ਉਹ ਨੌਨ SC ਹੋਣਾ ਚਾਹੀਦਾ। ਦੂਜਾ ਕਹਿੰਦੇ ਹੈਗਾ 377 ਵਾਲਾ ਕਿ ਇੱਕ ਕੁਕਰਮ ਹੈ, 377 ਲੱਗਣੀ ਚਾਹੀਦੀ ਹੈ। ਉਹਦੇ 'ਚ ਤਾਂ ਸੁਪਰੀਮ ਕੋਰਟ ਨੇ ਹੀ ਕਹਿੰਦੇ ਕਹਿਤਾ ਕਿ ਜਿਹੜੇ ਸੇਮ ਸੈਕਸ ਵਾਲੇ ਹੈਗੇ ਆ ਉਹ ਮਤਲਬ ਆਪਣੇ 'ਚ ਸੰਬੰਧ ਬਣਾ ਸਕਦੇ ਆ ਸਹਿਮਤੀ ਨਾਲ, ਇਹਦੇ 'ਚ 377 ਨਹੀਂ ਲੱਗਣੀ। 376 ਦੇ ਵਿੱਚ ਤਾਂ ਉਹ ਕਹਿੰਦੇ ਵੀ ਬਹੁਤ ਸਾਰੀਆਂ ਉਹ ਹੈਗੀਆਂ ਨੇ ਕਿ ਤੁਹਾਡੇ ਸੰਬੰਧ ਸਹਿਮਤੀ ਨਾਲ ਹੈ ਅਸਹਿਮਤੀ ਨਾਲ, ਉਹ 'ਚ ਕਈ ਤਰ੍ਹਾਂ, ਲੇਕਿਨ 377 'ਚ ਕੁਝ ਏਦਾਂ ਦਾ ਲਿਖਿਆ ਹੀ ਨਹੀਂ। ਉਹ 'ਚ ਤਾਂ ਸਿੰਪਲ ਹੀ ਆ ਕਿ ਕੁਕਰਮ ਹੈ ਤਾਂ ਪਰਚਾ ਕਰ ਦਿਓ। ਪਰ ਜੇ ਹੁਣ ਸੇਮ ਸੈਕਸ ਦੇ ਉੱਤੇ ਸੁਪਰੀਮ ਕੋਰਟ ਹੀ ਨੇ ਕਲੈਰਿਟੀ ਦੇਤੀ ਹੈ ਤਾਂ ਇਹ ਵੀ ਮੈਨੂੰ ਲੱਗਦਾ ਕਹਿੰਦੇ ਕੇਸ ਸ਼ਾਇਦ ਨਾ ਬਣ ਪਾਏ। ਤੀਸਰਾ ਹੈਗਾ ਸੀਗਾ ਕਿ ਇਹ ਜਿਹੜੇ ਉਹਨਾਂ ਨੇ ਕਿਹਾ ਵੀ ਨੌਕਰੀ ਦਾ ਝਾਂਸਾ ਦੇ ਕੇ ਮੈਨੂੰ ਤੋਂ ਇਹ ਕੰਮ ਕਰਾਇਆ, ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਕੁਛ ਹੈ ਹੀ ਨਹੀਂ ਸੀ, 2022 ਮਾਰਚ ਤੋਂ ਪਹਿਲਾਂ ਤੱਕ ਤਾਂ ਇਹ ਕਟਾਰੂ ਚੱਕ ਸਾਹਿਬ ਕੁਛ ਹੈ ਹੀ ਨਹੀਂ ਸੀ, ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਉਹ ਵੀ ਇੱਕ ਬਣੇਗਾ। ਇੱਕ ਧਾਰਾ ਸਿਰਫ 506 ਹੈਗੀ ਹੈ ਜਿਹੜੀ ਲੱਗ ਸਕਦੀ ਹੈ, ਉਹ ਹੈ ਅਪਰਾਧਿਕ ਧਮਕੀ ਦੇਣਾ, ਵੀ ਜੇ ਮਤਲਬ ਹੁਣ ਉਹਨੂੰ ਅਪਰਾਧਿਕ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤਾਂ ਸ਼ਾਇਦ ਇਹ ਕੇਸ ਬਣੇਗਾ ਤੇ ਉਹ ਬਿਲਕੁਲ ਨੌਨ ਇੰਦਰਜੀਤ ਜੀ ਦੇ ਅਵੇਲੇਬਲ। ਇੱਕ ਜੀ ਥੋੜਾ ਜਿਹਾ ਇੱਕ ਕਲੀਅਰ ਕਰ ਦਿਓ, ਜੇ ਤੁਸੀਂ ਐਡੇ ਵੱਡੇ ਅਧਿਕਾਰੀ ਨਾਲ ਹੀ ਸੰਪਰਕ 'ਚ ਸੀ, ਉਹਦੇ ਵਿੱਚ ਨਾਬਾਲਗ ਦਾ ਮਾਮਲਾ ਨਹੀਂ ਆਇਆ ਕਿ ਹਾਂਜੀ ਕਿਸੇ ਆਇਆ ਆਇਆ ਉਹ ਨਾਬਾਲਗ ਮੈਂ ਤੁਹਾਨੂੰ ਦੱਸਣ ਲੱਗਿਆ ਉਸੇ ਤੇ ਆ ਰਿਹਾ, ਉਹ ਚ ਨਾਬਾਲਿਗ ਵਾਲਾ ਵੀ ਆਇਆ ਕਿ ਉਹ ਨਾਬਾਲਿਗ ਹੈ। ਉਹਨਾਂ ਨੇ ਕਿਹਾ ਕਿ ਨਹੀਂ ਨਾਬਾਲਿਗ ਹੈ, ਇਸ ਟਾਈਮ ਅਸੀਂ ਉਹਦੀ ਉਮਰ ਪਤਾ ਕਰ ਲਈ, ਉਹ 30 ਸਾਲ ਹੈ, ਜੇ 10 ਸਾਲ ਪਹਿਲਾਂ ਵੀ ਉਹਨੇ ਮਤਲਬ ਕੀਤਾ ਤਾਂ ਉਹਦੀ 20 ਸਾਲ ਬਣੇਗੀ ਤਾਂ ਨਾਬਾਲਿਗ ਉਹ ਨਹੀਂ ਹੈਗਾ। ਸੋ ਇਹ ਅੱਛਾ ਸਾਰਿਆਂ ਦੇ ਵਿੱਚ ਹੀ ਮਤਲਬ ਉਹਨਾਂ ਨਾਲ ਗੱਲ ਕਰਕੇ ਲੱਗ ਰਿਹਾ ਸੀਗਾ ਵੀ ਸਰਕਾਰ ਮਤਲਬ ਕੋਈ ਬਹੁਤਾ ਇਸ ਦੇ ਵਿੱਚ ਅੱਗੇ ਜਾਣ ਤੋਂ ਕਤਰਾ ਹੀ ਰਹੀ ਹੈ। ਠੀਕ ਹੈ ਕਿ ਕਿਉਂਕਿ ਮਾਮਲਾ ਕੁਕਰਮ ਨਾਲ ਜੁੜਿਆ ਹੋਇਆ ਤੇ ਉਹ ਨੈਤਿਕਤਾ ਦੇ ਆਧਾਰ ਤੇ ਇਹਨਾਂ ਦੇ ਉੱਤੇ ਕੋਈ ਕਾਰਵਾਈ ਕਰ ਦੇ, ਇਸ ਤੋਂ ਬਾਅਦ ਜਿਹੜੇ ਇਲੈਕਸ਼ਨ ਹੋ ਰਹੇ ਨੇ ਉਸ ਤੋਂ ਬਾਅਦ ਕੋਈ ਕਾਰਵਾਈ ਕਰ ਦੇ ਤਾਂ ਸ਼ਾਇਦ ਹੋ ਜਾਏ, ਲੇਕਿਨ ਮੈਨੂੰ ਲੱਗਦਾ ਨਹੀਂ ਕਿ ਕੋਈ ਵੱਡਾ ਅਪਰਾਧਿਕ ਮਾਮਲਾ ਜਿਵੇਂ ਪਾਸਕੋ ਐਕਟ ਦਾ ਹੈ ਜਾਂ SC ਐਕਟ ਹੈ ਜਾਂ 377 ਐਕਟ ਹੈ, ਇਹ ਵਾਲੀਆਂ ਧਾਰਾਵਾਂ ਉਹਨਾਂ ਤੇ ਲੱਗਣਗੀਆਂ, ਇਹ ਜਿਹੜੀਆਂ ਕਿ ਨੌਨ ਅਵੇਲੇਬਲ ਨੇ। ਜਿਹੜੀ 506 ਦੀ ਮੈਂ ਗੱਲ ਕੀਤੀ ਹੈ ਉਹ ਤਾਂ ਅਵੇਲੇਬਲ ਹੈ, ਉਹਨਾਂ 'ਚ ਤਾਂ ਕੋਈ ਇਦਾਂ ਦਾ ਹੈ ਨਹੀਂ ਕਿ ਮੰਤਰੀ ਸਾਹਿਬ ਨੂੰ ਕੋਈ ਜ਼ਿਆਦਾ ਦਿੱਕਤ ਪੇਸ਼ ਆਏ। ਨਹੀਂ ਫੇਰ ਤਾਂ ਹੁਣ ਤੁਹਾਡੀਆਂ ਇਹਨਾਂ ਗੱਲਾਂ ਤੋਂ ਬਾਅਦ ਤੇ ਇਹ ਸੱਚ ਹੀ ਲੱਗਣ ਲੱਗ ਪਿਆ ਕਿ SIT ਬਣਾਉਣੀ ਚਾਹੀਦੀ ਸੀ। ਹੁਣ ਜਿੰਨੀਆਂ ਗੱਲਾਂ ਤੁਸੀਂ ਕਹਿਤੀਆਂ ਕੱਲ ਨੂੰ SIT ਵੀ ਇਹੋ ਹੀ ਕਹੂਗੀ, ਇਹਦਾ ਮਤਲਬ ਤਾਂ ਇਹੀ ਹੈ। ਇੰਦਰਪ੍ਰੀਤ ਜੀ, ਚੰਗਾ ਹੁੰਦਾ ਵੀ 10 ਹੀ ਦਿਨ ਦੇ ਕਿਹਦੇ ਨਾਲ ਗੱਲ ਹੋਈ ਸੀ ਪਤਾ ਲੱਗ ਜਾਂਦਾ, 15 ਦਿਨਾਂ ਬਾਅਦ ਜਿਹੜੀ ਰਿਪੋਰਟ ਆਉਣੀ ਹੈ। ਖੈਰ ਛੱਡ ਦਿੰਦੇ, ਪਾਸਟਰ ਸਾਹਿਬ ਉਂਗਲ ਉਂਗਲ ਤੁਸੀਂ ਜ਼ਰੂਰ ਖੜੀ ਕਰ ਲਈ, ਪਰ ਸਮਾਂ ਥੋੜਾ ਜਿਹਾ ਘੱਟ ਲਿਓ। ਦੇਖੋ ਜਿਸ ਤਰੀਕੇ ਨਾਲ ਇਹਦਾ ਕੀ ਹੋਏਗਾ ਕੀ ਨਹੀਂ ਹੋਏਗਾ, SIT ਕਿਸ ਤਰੀਕੇ ਨਾਲ ਉਸ ਵੀਡੀਓ ਨੂੰ ਪੁੱਟੀ ਸਿੱਧੀ ਕਰਕੇ ਦੇਖੇਗੀ, ਆ ਗੱਲ ਤੇ ਚਲੋ ਹੋਏਗੀ 15 ਦਿਨਾਂ ਦੇ ਵਿੱਚ ਅਗਲੇ, ਲੇਕਿਨ ਪਿਛਲੇ 10 ਦਿਨਾਂ ਦੇ ਵਿੱਚ ਜੋ ਕੁਝ ਜਲੰਧਰ ਦੇ ਵਿੱਚ ਹੋਇਆ, ਔਰ ਸਾਰੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ, ਭਾਵੇਂ ਕੇਸ਼ਵ ਦੇ ਨਾਲ ਉਹਨਾਂ ਦੀ ਕਿੰਨੀ ਕੁ ਹਮਦਰਦੀ ਸੀ ਪਤਾ ਨਹੀਂ, ਪਰ ਬੜੇ ਚਟਕਾਰੇ ਲੈ ਲੈ ਕੇ ਇਸ ਮੁੱਦੇ ਨੂੰ ਉਠਾਇਆ ਹੈਗਾ। ਔਰ ਭਾਵੇਂ ਬਿਕਰਮ ਸਿੰਘ ਮਜੀਠੀਆ ਹੋਣ ਔਰ ਆਪਣੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਤੇ ਇਸ ਤਰੀਕੇ ਨਾਲ, ਹੁਣ ਰਾਜਾ ਵੜਿੰਗ ਉਹਨਾਂ ਦੀ ਮੈਨੂੰ ਉਹ ਗੱਲ ਯਾਦ ਆਉਂਦੀ ਹੈ ਜਦ ਉਹਨਾਂ ਨੇ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਸੀ, ਮੈਂ ਪਹਿਲੇ ਵੀ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹਿ ਚੁੱਕੇ ਹਾਂ। ਉਹਨਾਂ ਨੇ ਬੜਾ ਇੱਕ ਸੀਰੀਅਸ ਜਿਹਾ ਮਿਊ ਬਣਾ ਕੇ ਕਿ ਵੀ ਦੇਖੋ ਇਹਨਾਂ ਦੇ ਮੰਤਰੀ ਕਿਸ ਤਰੀਕੇ ਦੇ ਹੈਗੇ ਨੇ, ਔਰ ਮੈਂ ਜਦੋਂ ਤੋਂ ਇਹ ਰਿਪੋਰਟ ਬਾਹਰ ਆਈ ਹੈ, ਇਹ ਗੱਲ ਬਾਹਰ ਆਈ ਹੈ, ਹਾਲਾਂਕਿ ਮੈਂ ਇਹ ਵੀਡੀਓ ਦੇਖੀ ਨਹੀਂ ਪਰ ਪੂਰੀ ਰਾਤ ਮੈਂ ਸੁੱਤਾ ਨਹੀਂ, ਔਰ ਜਿਸ ਤਰੀਕੇ ਦੇ ਇਹ ਕਿਰਦਾਰ ਮੰਤਰੀਆਂ ਦੇ ਸਾਹਮਣੇ ਆ ਰਹੇ ਨੇ, ਖੈਰ ਉਹ ਮਤਲਬ ਬੜਾ ਇੱਕ ਇੰਟਰਸਟਿੰਗ ਜਿਹਾ ਮਾਹੌਲ ਸੀਗਾ, ਜਦ ਉਹ ਅੱਖਾਂ 'ਚੋਂ ਆਂਸੂ ਹੀ ਨਹੀਂ ਆਏ ਸੀ ਉਹਨਾਂ ਦੇ, ਬਾਕੀ ਉਦਾਸ ਪੂਰੇ ਸੀਗੇ ਔਰ ਪੂਰੀ ਰਾਤ ਉਹ ਸੁੱਤੇ ਨਹੀਂ ਸੀਗੇ। ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਉਹਨਾਂ ਵੀ ਜਦ ਇਸ ਮੁੱਦੇ ਦੇ ਉੱਤੇ ਗੱਲ ਕਰਦੇ ਨੇ, ਔਰ ਬਾਜਵਾ ਉਹਨਾਂ ਦਾ ਇੱਕ ਆਪਣਾ ਸਟਾਈਲ ਹੁੰਦਾ ਹੈ ਜਦ ਗੱਲ ਕਰਦੇ ਨੇ ਨਾ, ਉਹਨਾਂ ਦਾ ਅੰਦਰੋਂ ਜਿਸ ਤਰੀਕੇ ਦਾ ਚਿਹਰੇ ਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਆ ਹੀ ਜਾਂਦੀ ਹੈ ਗੱਲ ਕਿ ਵੀ ਦੇਖੋ ਆ ਕੀ ਕੀਤਾ ਇਹਨਾਂ ਨੇ, ਹੁਣ ਆ ਬਦਲਾਵ ਸੀਗਾ, ਯਾਨੀ ਉਹਨੂੰ ਸਿੱਧਾ ਬਦਲਾਵ ਦੇ ਨਾਲ ਜੋੜਤਾ ਕਿ ਵੀ ਜਿਹੜੇ ਬਦਲਾਵ ਦੀ ਗੱਲਾਂ ਸੁਪਰੀਮ ਕੋਰਟ ਦੇ ਵਿੱਚ ਵੀ ਚੱਲ ਰਹੀ ਸੀ, ਉਸ ਬਦਲਾਵ ਨੂੰ ਕਹਿੰਦੇ ਪਹਿਲੇ ਲੈ ਕੇ ਆ ਗਏ। ਫਿਰ ਬਿਕਰਮ ਸਿੰਘ ਮਜੀਠੀਆ ਉਹ ਵੀ ਆਪਣੇ ਸਟਾਈਲ ਦੇ ਵਿੱਚ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਕਰਦੇ ਨੇ, 10 ਤਰੀਕ ਨੂੰ ਆਪੋਜੀਸ਼ਨ ਵਾਲੇ ਵੀ ਇਹਨਾਂ ਮੁੱਦਿਆਂ ਦੇ ਉੱਤੇ ਕਿੰਨੇ ਕੁ ਸੀਰੀਅਸ ਨਜ਼ਰ ਆਉਂਦੇ ਆ ਪਤਾ ਨਹੀਂ, ਸਰਕਾਰ ਜ਼ਰੂਰ ਸੀਰੀਅਸ ਨਜ਼ਰ ਆਏਗੀ ਕਿਉਂਕਿ ਇਹ ਮੁੱਦਾ ਹੁਣ ਮੋਰਾਲ ਦਾ ਬਣ ਗਿਆ। ਇਹ ਮੁੱਦਾ ਹੁਣ ਚਲੋ ਧਾਰਾਵਾਂ ਸ਼ਾਇਦ ਨਾ ਵੀ ਲੱਗਣ, ਪਰ ਇਸ ਤਰੀਕੇ ਦੇ ਵਿਅਕਤੀ ਦਾ ਮੰਤਰੀ ਮੰਡਲ ਦੇ ਵਿੱਚ ਰਹਿਣਾ,
जो इस तरीके के इल्जामों नाल घिरिया होया होए लीगली भावें बहुती कोई साउंड कार्रवाई ना बनती होए पर हाँ मोरली तो यह इस्तीफा लेना सरकार वास्ते एक मजबूरी भी बन जाएगा। 10 तरीक तो बाद 10 तरीक तो पहले तो सरकार भी कटारू चक का ना सुनते ही प्रेस कॉन्फ्रेंस तो जिदा अभी कह रहे खड़े हो जाते हैं पर बाद चो उन्होंने इस मुद्दे पर बहना पड़ेगा। लेकिन जिदा बिक्रम सिंह मजीठिया अपनी कल रैली च कह रहे सी फोन बंद कर लियो फोन बंद कर लियो वीडियो तुरी आउंदी है इहदा मतलब वीडियो तुरी कित्थों आ रही है इह इन्हां सियासी बंदियां नूं पता होगा इह मैनूं लगदा गेम खेडणगे रल मिल के। मैं किसी ते दोष नहीं लाउंदा मैं बिक्रम नूं नहीं कहिंदा मैं सुखपाल सिंह खेरे नूं नहीं कहिंदा बड़ेंग नूं नहीं कहिंदा बाजवे नूं नहीं पर इह वीडियो कित्थों तुरी आउंदी दसदे ते जे वीडियो तुरी आउंदी फिर ਮੈਨੂੰ ਲੱਗਦਾ ਵੀ ਅਹੁਦਿਆਂ ਦੇ ਅਸਤੀਫੇ ਤੇ ਬਾਕੀ ਚੀਜ਼ਾਂ ਤੇ ਮਾਈਨਸ ਹੋ ਜਾਂਦੀਆਂ ਵਿਅਕਤੀ ਦੀ ਇੰਨੀ ਕੁ ਕਿਰਕਰੀ ਕਰਨ ਲਈ ਸਾਡਾ ਸਮਾਜ ਤਗੜਾ ਹੋ ਜਾਂਦਾ। ਓਹੋ ਹੋ ਹੋ ਅਜੇ ਸਾਡਾ ਸਮਾਜ ਓਨਾ ਸੱਭਿਅਕ ਨਹੀਂ ਹੋਇਆ ਇਹੋ ਜਿਹੀਆਂ ਗੱਲਾਂ ਕਿਤੇ ਵਿਦੇਸ਼ਾਂ 'ਚ ਹੋਈਆਂ ਹੁੰਦੀਆਂ ਕਿਸੇ ਨੂੰ ਫਰਕ ਹੀ ਨਹੀਂ ਪੈਂਦਾ ਸਾਡੇ ਵਾਲੇ ਵੀਡੀਓ ਆਉਣ ਤੋਂ ਪਹਿਲਾਂ ਹੀ ਵੀਡੀਓ ਦਾ ਸਕੈਚ ਜਿਹਾ ਬਣਾਈ ਫਿਰਦੇ ਵੀ ਕੀ ਹੋ ਸਕਦਾ ਆਪਣਾ ਹਰ ਜਿਹਨੂੰ ਪੁੱਛ ਲਓ ਉਹਨੇ ਆਪਣਾ ਹੀ ਕੋਣ ਦੱਸਿਆ ਹੁੰਦਾ ਐਂਗਲ ਦੱਸਿਆ ਹੁੰਦਾ ਜਿੱਦਾਂ ਹੁਣ ਨਿਕਲਿਆ ਹੁੰਦਾ ਬਾਹਰ। ਇੰਦਰਪ੍ਰੀਤ ਅੱਗੇ ਚੱਲੀਏ ਇਹ ਜਿਹੜਾ ਸਪੀਕਰ ਸਾਹਿਬ ਦਾ ਮਾਮਲਾ ਇਹ ਵੀ ਬੜਾ ਦਿਲਚਸਪ ਹੈ। ਪਰਵਿੰਦਰ ਸਿੰਘ ਕਿਤਨਾ ਨੇ ਆਰਟੀਆਈ ਦੇ ਤਹਿਤ ਜਿਹੜੀ ਜਾਣਕਾਰੀ ਅੱਗੇ ਵਧਾਈ ਆ ਉਹਦੇ ਵਿੱਚ ਇੱਕ ਮੰਤਰੀ ਵਾਲੀ ਗ੍ਰਾਂਟ ਜਾਂ ਇੱਕ ਸਪੀਕਰ ਦੂਜੇ ਡਿਪਟੀ ਸਪੀਕਰ ਨੂੰ ਆਪਣੀ ਗ੍ਰਾਂਟ ਵੰਡ ਵੁੰਡ ਕੇ ਪੇਸ਼ ਕਰ ਰਿਹਾ ਇਹਦੇ 'ਚ ਗ੍ਰਾਂ ਕੀ ਹੈ ਗਲਤੀ ਕੀ ਇਹ ਜ਼ਰੂਰ ਦੱਸੋ ਕਿਉਂਕਿ ਇਹ ਖਬਰ ਏਡੀ ਵੱਡੀ ਕਿਉਂ ਬਣੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਦੱਸੋ ਕਿਉਂ ਏਡੀ ਵੱਡੀ ਖਬਰ ਹੈ। ਰੰਧਾਵਾ ਸਾਹਿਬ ਐਕਚੁਅਲੀ ਇੱਕ ਐਚਿਕ ਕੋਟਾ ਹੈਗਾ ਜਿਹਨੂੰ ਡਿਸਕ੍ਰਿਸ਼ਨਰੀ ਗ੍ਰਾਂਟ ਆਪਾਂ ਬੋਲਦੇ ਹਾਂ ਉਹ ਮੰਤਰੀਆਂ ਨੂੰ ਔਰ ਇਹਨਾਂ ਨੂੰ ਮਿਲਿਆ ਹੋਇਆ ਸਪੀਕਰ ਤੇ ਡਿਪਟੀ ਸਪੀਕਰ ਨੂੰ ਇਹ ਸਮਝ ਲਓ ਕਿ 15 ਕੁ ਮੰਤਰੀ ਹੋ ਗਏ ਤੇ 2 ਹੋਏ 17 ਲੋਕ ਯਾਨੀ 117 ਦੇ ਵਿੱਚੋਂ 17 ਲੋਕਾਂ ਨੂੰ ਇਹ ਅਖਤਿਆਰ ਹੈਗਾ ਕਿ ਉਹ ਜਿੱਥੇ ਜਾਣ ਕੋਈ ਅਗਰ ਉਹ ਕਿਸੇ ਫੰਕਸ਼ਨ 'ਚ ਜਾਣ ਜਾਂ ਕਿਸੇ ਕਿਸੇ ਪਿੰਡ 'ਚ ਜਾਣ ਕੋਈ ਜਿਹਨਾਂ ਨੂੰ ਬੁਲਾਉਂਦੇ ਆ ਉੱਥੇ ਅਗਰ ਕਿਸੇ ਚੀਜ਼ ਦੀ ਜ਼ਰੂਰਤ ਹੈ ਡਿਵੈਲਪਮੈਂਟ ਦੇ ਵਰਕਸ ਵਾਸਤੇ ਤੇ ਉਹ ਪੂਰੀ ਨਹੀਂ ਹੋ ਰਹੀ ਉਹਨਾਂ ਕੋਲੇ ਕਿਸੇ ਐਸੇ ਯੋਜਨਾ 'ਚ ਆ ਨਹੀਂ ਰਹੀ ਫਿੱਟ ਨਹੀਂ ਬੈਠ ਰਹੀ ਤਾਂ ਮੰਤਰੀ ਆਪਣੇ ਕੋਲੋਂ ਗ੍ਰਾਂਟ ਦੇ ਦਿੰਦੇ ਆ ਕਿ ਚਲੋ ਜੇ ਇੱਥੇ ਸਕੂਲ ਬਣਿਆ ਹੋਇਆ ਲੜਕੀਆਂ ਲਈ ਬਾਥਰੂਮ ਨਹੀਂ ਹੈ ਚਲੋ ਮੈਂ ਆਪਣੇ ਕੋਟੇ 'ਚੋਂ ਦੇ ਦੇਣਾ ਇੱਥੇ ਬਾਥਰੂਮ ਬਣਾਓ ਲੜਕੀਆਂ ਵਾਸਤੇ। ਇਸ ਤਰ੍ਹਾਂ ਦੇ ਡਿਵੈਲਪਮੈਂਟ ਛੋਟੇ ਛੋਟੇ ਵਰਕਸ ਹੈਗੇ ਆ ਜਿਹਨਾਂ ਵਾਸਤੇ ਇਹ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਹੈਗੀਆਂ ਨੇ ਉਹ ਪਹਿਲਾਂ ਤਾਂ 5 ਕਰੋੜ ਰੁਪਏ ਸੀਗੇ ਲੇਕਿਨ ਇਸ ਬਜਟ 'ਚ ਜਿਹੜਾ ਹੈਗਾ ਉਹ ਚੀਮਾ ਸਾਹਿਬ ਨੇ ਘਟਾ ਤੀਆਂ ਸਭ ਦੀਆਂ ਆਪਣੀ ਵੀ ਘਟਾ ਲਈ ਉਹਨਾਂ ਨੇ ਸਭ ਦੀਆਂ ਹੀ ਘਟਾ ਤੀਆਂ ਤਾਂ ਹੁਣ ਇਹ ਹੈਗਾ ਕਿ ਇੱਕ ਨਿਯਮ ਹੈਗਾ ਉਹਦੇ 'ਚ ਇਹ ਕਿ ਜਿਹੜੀ ਗ੍ਰਾਂਟ ਹੈ ਉਹ 50% ਤੋਂ ਜ਼ਿਆਦਾ ਆਪਣੀ ਕੰਸਟੀਚੁਐਂਸੀ 'ਚ ਨਹੀਂ ਵਰਤੀ ਜਾ ਸਕਦੀ ਬਾਕੀ ਜਿਹੜੀ ਕੰਸਟੀਚੁਐਂਸੀ ਆ ਉਸ 'ਚ 50% ਤੁਹਾਡੀ ਆਪਣੀ ਕੰਸਟੀਚੁਐਂਸੀ ਤੁਸੀਂ 50% ਵਰਤ ਲਓ। ਹੁਣ ਦਿੱਕਤ ਇਹ ਹੁੰਦੀ ਹੈ ਕਿ ਸਾਰੇ ਹੀ ਬੰਦੇ ਕੋਸ਼ਿਸ਼ ਕਰਦੇ ਆ ਕਿ ਮੈਂ ਸਾਰੀ ਦੀ ਸਾਰੀ ਆਪਣੇ 'ਚ ਹੀ ਵੰਡ ਲਾਂ ਤੇ ਹੁਣ ਉਹਦਾ ਫਿਰ ਇੱਕ ਤਰੀਕਾਕਾਰ ਇਹਨਾਂ ਨੇ ਇਹ ਕੱਢ ਲਿਆ ਕਿ ਇੱਕ ਮੰਤਰੀ ਤੋਂ ਮੈਂ ਜਾਂ ਮੰਤਰੀ ਜਾਂ ਡਿਪਟੀ ਸਪੀਕਰ ਤੋਂ ਮੈਂ ਇੱਧਰ ਆਪਣੇ ਹਲਕੇ 'ਚ ਲਵਾ ਲਾਂ ਮੈਂ ਉਹਨਾਂ ਨੂੰ ਦੇ ਦਾਂ ਤਾਂ ਕਿ ਉਹ ਪੂਰੀ ਹੋ ਜਾਏ। ਹੁਣ ਇਹ ਦੇਖੋ ਮੈਂ ਇੱਕ ਅੰਕੜਾ ਜਿਹੜਾ ਹੈ ਮੈਂ ਨੋਟ ਕੀਤਾ ਹੈ ਸਪੀਕਰ ਸਾਹਿਬ ਨੇ 1,19,00,000 ਰੁਪਇਆ ਤਾਂ ਆਪਣੇ ਲਈ 1,62,00,000 ਰੁਪਏ ਰੋੜੀ ਸਾਹਿਬ ਦੀ ਕੰਸਟੀਚੁਐਂਸੀ ਯਾਨੀ ਡਿਪਟੀ ਸਪੀਕਰ ਜਿਹੜੇ ਹੈਗੇ ਆ ਉਹਨਾਂ ਦੇ ਖਰਚਾ ਹੈ ਤੇ ਬਾਕੀ ਜਿਹੜਾ ਸਾਰਾ ਪੰਜਾਬ ਹੈ ਉਹਨੂੰ ਮਿਲਿਆ 63,00,000 ਰੁਪਏ। ਇਸੇ ਤਰ੍ਹਾਂ ਹੀ ਜਿਹੜੇ ਡਿਪਟੀ ਸਪੀਕਰ ਸਾਹਿਬ ਹੈ ਉਹਨਾਂ ਨੇ 1,83,00,000 ਆਪਣੇ ਲਈ 1,30,00,000 ਸੰਧਵਾਂ ਸਾਹਿਬ ਲਈ ਸਪੀਕਰ ਸਾਹਿਬ ਵਾਸਤੇ ਤੇ 10,00,000 ਨਵਾਂ ਸ਼ਹਿਰ ਵਾਸਤੇ ਦਿੱਤੇ ਹੈ ਤੇ 3.5 ਲੱਖ ਰੁਪਇਆ ਪੂਰੇ ਪੰਜਾਬ ਦੇ ਹਿੱਸੇ ਆਇਆ। ਹੁਣ ਤੁਸੀਂ ਦੇਖੋ ਵੀ ਇਹ ਉਹ ਡਿਪਟੀ ਸਪੀਕਰ ਸਾਹਿਬ ਕਹਿ ਰਹੇ ਸੀ ਤੁਸੀਂ ਸਪੀਕਰ ਸਾਹਿਬ ਕਹਿ ਕੇ ਡਿਪਟੀ ਸਪੀਕਰ ਸਾਹਿਬ ਕਹਿ ਰਹੇ ਸੀਗੇ ਕਿ ਮੇਰੇ ਅਖਬਾਰ 'ਚ ਪੜ੍ਹਿਆ ਕਿ ਮੈਂ ਕੋਈ ਪਾਕਿਸਤਾਨ ਨੂੰ ਥੋੜ੍ਹੀ ਦੇਤੀ ਹੈ ਗ੍ਰਾਂਟ, ਗ੍ਰਾਂਟ ਤਾਂ ਸਾਡੇ ਇੱਥੇ ਹੀ ਲੱਗਿਆ ਹੈ। ਪਰ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਜਿਹੜਾ ਗੜਸ਼ੰਕਰ ਜਾਂ ਕੋਟਕਪੂਰਾ ਹੀ ਇਕੱਲੇ ਪੰਜਾਬ 'ਚ ਨਹੀਂ ਹੈਗੇ, 117 ਹੋਰ ਹਲਕੇ ਵੀ ਪਾਕਿਸਤਾਨ 'ਚ ਨਹੀਂ ਹੈਗੇ, ਇੰਡੀਆ 'ਚ ਹੀ ਨੇ ਜਾਂ ਪੰਜਾਬ 'ਚ ਹੀ ਨੇ, ਉਹਨਾਂ ਲਈ ਵੀ ਓਨਾ ਹੀ ਉਹਨਾਂ ਦਾ ਵੀ ਓਨਾ ਹੀ ਅਧਿਕਾਰ ਬਣਦਾ ਜਿੰਨਾ ਤੁਹਾਡਾ ਬਣਦਾ ਹੈ ਤੇ ਉਹ ਵੀ ਦੇਖਣਾ ਚਾਹੀਦਾ ਸੀ ਮੈਨੂੰ ਲੱਗਦਾ ਡਿਪਟੀ ਸਪੀਕਰ ਸਾਹਿਬ ਨੂੰ ਕਿ ਬਾਕੀਆਂ ਤੋਂ ਤੁਸੀਂ ਕੀ 3.5 ਲੱਖ ਰੁਪਇਆ ਪੂਰੇ ਪੰਜਾਬ ਨੂੰ ਦਿੱਤਾ ਤੇ ਉਹਦੇ 'ਚੋਂ 3.5 ਲੱਖ 'ਚ ਮੈਨੂੰ ਤੁਸੀਂ ਦੱਸੋ ਵੀ ਉਹ ਕੀ ਕਰ ਲੈਣ। ਸੋ ਇਹ ਚੀਜ਼ਾਂ ਨੈਤਿਕਤਾ ਦੀਆਂ ਹੈਗੀਆਂ ਨੇ ਮੈਨੂੰ ਲੱਗਦਾ ਕਿ ਪਰ ਜੇ ਚਾਹੇ ਉਹ ਮੰਤਰੀ ਹੋਣ, ਸਪੀਕਰ ਹੋਣ, ਮੁੱਖ ਮੰਤਰੀ ਹੋਣ, ਸਾਰੇ ਇਹ ਭੁੱਲ ਜਾਂਦੇ ਆ ਕਿ ਉਹ ਸਟੇਟ ਦੇ ਮੰਤਰੀ ਨੇ, ਨਾ ਕਿ ਸੰਗਰੂਰ ਕੌਂਸਟੀਚੁਐਂਸੀ ਦਾ ਕੋਈ ਮੁੱਖ ਮੰਤਰੀ ਬਣ ਗਿਆ ਜਾਂ ਕੋਟਕਪੂਰਾ ਕੌਂਸਟੀਚੁਐਂਸੀ ਦਾ ਕੋਈ ਸਪੀਕਰ ਬਣ ਗਿਆ ਜਾਂ ਡਿਪਟੀ ਸਪੀਕਰ ਗਣਸ਼ੰਕਰ ਦਾ ਬਣ ਗਿਆ, ਉਹ ਉਸ ਕੌਂਸਟੀਚੁਐਂਸੀ ਦੇ ਨਹੀਂ ਹੈ, ਉਹ ਪੰਜਾਬ ਦੇ ਨੇ।
ਤੇ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਫਿਰ ਜਿਹੜਾ ਉਹਨਾਂ ਦਾ ਡਿਸਕ੍ਰਿਸ਼ਨਰੀ ਕੋਟਾ ਹੈਗਾ ਉਹ ਵੀ ਪੰਜਾਬ ਲਈ ਹੈ, ਨਾ ਕਿ ਉਹਨਾਂ ਦੀ ਕੰਸਟੀਚੁਐਂਸੀ ਵਾਸਤੇ ਹੈ। ਸੋ ਮੈਨੂੰ ਲੱਗਦਾ ਕਿ ਨੈਤਿਕਤਾ ਦੇ ਹੀ ਮਾਮਲੇ ਨੇ ਇਹ, ਕਿੰਨੀ ਕੁ ਦੇਖੋ ਨਿਯਮ ਵੀ ਬਣਾ ਇਸੇ ਕਰਕੇ ਹੀ ਬਣਾਏ ਨੇ ਕਿ 50% ਦੇ ਲਓ ਆਪਣੇ ਲਈ, ਬਾਕੀ ਲਈ 50%, ਤਾਂ ਕਿ ਸਾਰੇ ਦਾ ਸਾਰਾ ਹੀ ਤੁਸੀਂ ਆਪਣੇ ਤੇ ਯੂਜ਼ ਨਾ ਕਰ ਲਓ। ਨਿਯਮ ਤਾਂ ਹੈਗੇ ਨੇ ਪਰ ਉਹਨਾਂ ਨਿਯਮਾਂ ਦਾ ਵੀ ਤੁਹਾਨੂੰ ਦੱਸ ਹੀ ਦਿੱਤਾ ਵੀ ਕਿਸ ਤਰ੍ਹਾਂ ਇੱਕ ਕਾਟ ਲੱਭ ਲਈ ਹੈ ਕਿ ਨਹੀਂ ਅਸੀਂ ਤਾਂ ਸਾਰੀ ਦੀ ਸਾਰੀ ਆਪਣੇ 'ਚ ਹੀ ਵੰਡਣੀ ਹੈ, ਬਾਕੀ ਸਾਰੇ ਪੰਜਾਬ ਲਈ 2-2.5 ਲੱਖ ਰੁਪਇਆ ਵੰਡ ਕੇ ਹੰਝੂ ਜੇ ਪੂੰਝ ਦਿਓ, ਬਾਕੀ ਜਿਹੜੀ ਗ੍ਰਾਂਟ ਹੈ ਇੱਥੇ ਕੋਟਾ ਉਹ ਸਿਰਫ ਮੇਰੇ ਤੇ ਯੂਜ਼ ਹੈ। ਉੱਚਾ ਲੰਬਾ ਹੋਵੇ ਗੱਭਰੂ ਤੇ ਖੁੱਲਾ ਹੋਵੇ ਹਾਸਾ ਤੇ ਉੱਤੋਂ ਹੋਵੇ ਸਪੀਕਰ ਮੈਂ ਹੂੰ ਨਾ, ਫਿਰ ਨਿਯਮ ਕਾਇਦੇ ਕੀ ਕਹਿੰਦੇ ਆ, ਅਸੀਂ ਆਪਣੇ ਨਿਯਮ ਬਣਾਵਾਂਗੇ। ਇੱਥੇ ਤਾਂ ਇੰਜ ਹੀ ਲੱਗਿਆ, ਦੇਖੋ ਉਹਨਾਂ ਨੇ ਕੁਛ ਉਲੰਘਣਾ ਨਹੀਂ ਕੀਤੀ ਨਿਯਮਾਂ ਦੀ। ਆ ਐਥਿਕਸ ਦੀ ਗੱਲ, ਨੈਤਿਕਤਾ ਦੀ ਗੱਲ ਜੀ, ਸਿਆਸਤ ਹੈ ਚੱਲਦੀ ਰਹਿੰਦੀ ਆ। ਇੰਦਰਪ੍ਰੀਤ ਜੀ ਬਹੁਤਾ ਦਿਲ ਤੇ ਨਾ ਲਾਇਆ ਕਰੋ, ਤੁਹਾਡੀ ਤਾਂ ਕਾਫੀ ਨੇੜਤਾ ਵੀ ਹੈ ਸੰਧਵਾ ਸਾਹਿਬ ਨਾਲ, ਸਾਡੀ ਤਾਂ ਕਿਤੇ ਹਾਏ ਹੈਲੋ ਹੋਊਗੀ, ਬਹੁਤੇ ਦੂਰ ਨੇ ਨਾ ਇਹ ਮਝੈਲਾਂ ਤੋਂ ਧੁਰ ਮਾਲਵੇ ਦੇ। ਔਰ ਮੈਂ ਇਹਦੇ 'ਚ ਥੋੜ੍ਹਾ ਜਿਹਾ ਤੁਸੀਂ ਅੰਕੜਾ ਜਿਹੜਾ ਮੈਂ ਥੋੜ੍ਹਾ ਕਲੀਅਰ ਕਰ ਦਿਆਂ, ਕੁਲਤਾਰ ਸਿੰਘ ਸੰਧਵਾ ਨੇ ਜਿਹੜਾ ਆਪਣੇ ਕੋਟਕਪੂਰਾ ਹਲਕੇ 'ਚ ਪੈਸੇ ਲਾਏ ਆ ਉਹ 39.77% ਲਾਏ ਆ, 1,19,32,000। ਗੜਸ਼ੰਕਰ ਦੇ ਵਿੱਚ ਜਿਹੜੇ ਉਹਨਾਂ ਨੇ ਆਪਣੇ ਹਮਸਾਏ ਨੂੰ ਦਿੱਤੇ ਆ, ਇਹ ਤਾਂ ਹਮਸਾਇਆ ਸ਼ਬਦ ਆਪੇ ਠੀਕ ਠੁਕ ਕਰ ਲਿਓ ਯਾਰ, 1,16,96,000 ਤੇ ਬਾਕੀ ਸਾਰੇ ਪੰਜਾਬ ਲਈ 63,72,000। ਤੇ ਜਿਹੜੇ ਰੋੜੀ ਸਾਹਿਬ ਨੇ, ਰੋੜੀ ਸਾਹਿਬ ਵੀ ਕਿਸੇ ਦੀ ਨੂੰਹ ਦੀ ਤੋਂ ਘੱਟ ਥੋੜਾ ਨੇ, ਉਹਨਾਂ ਨੇ ਗੜਸ਼ੰਕਰ 'ਚ 1,83,00,000 ਉਹਨਾਂ ਨੇ ਰਿਕਾਰਡ ਤੋੜਤਾ, 61% ਲਾਏ ਨੇ। ਤੇ ਕੋਟਕਪੂਰਾ ਦੇ ਵਿੱਚ ਉਹਨਾਂ ਨੇ ਸੰਧਵਾ ਸਾਹਿਬ ਨੂੰ ਆਪਣੇ ਬੌਸ, ਇਮੀਡੀਏਟ ਬੌਸ ਨੂੰ ਜਿਹੜੇ ਆ 1,02,85,000 ਰੁਪਏ ਦਿੱਤੇ ਆ। ਤੇ ਉਹਨਾਂ ਨੇ ਨਵਾਂ ਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 10,50,000 ਰੁਪਏ, ਬਾਕੀ ਸਾਰੇ ਪੰਜਾਬ ਨੂੰ 3,50,000 ਰੁਪਏ ਦਿੱਤੇ ਆ। ਦੇਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਖਜ਼ਾਨੇ ਭਰਪੂਰ ਰਹਿਣ ਜਿੱਥੋਂ ਜਿੱਥੋਂ ਮਾਇਆ ਆਈ ਹੈ। ਭਾਸਕਰ ਸਾਹਿਬ ਕੁਝ ਕਹਿਣਾ ਚਾਹੁੰਦੇ? ਜੀ ਬਿਲਕੁਲ, ਅੰਗਰੇਜ਼ੀ ਦੇ ਪੇਪਰ ਨੇ ਜਦ ਇਸ ਖਬਰ ਨੂੰ ਛਾਪਿਆ ਤੇ ਉਹਦੇ ਵਿੱਚ ਸ਼ੁਰੂਆਤ ਹੀ ਇੱਥੋਂ ਕੀਤੀ ਹੈ, ਯੂ ਸਕ੍ਰੈਚ ਮਾਈ ਬੈਕ ਆਈ ਸਕ੍ਰੈਚ ਯੂਅਰ ਬੈਕ, ਯਾਨੀ ਤੂੰ ਮੇਰੀ ਪਿੱਠ ਖੁਜਾ ਮੈਂ ਤੇਰੀ ਖੁਜਾਉਂਗਾ। ਪੰਜਾਬੀ ਦੇ ਵਿੱਚ ਡੂੰਘਾਈ ਦੇ ਵਿੱਚ ਜਾਈਏ ਤਾਂ ਇਹ ਵੀ ਹੋ ਸਕਦਾ ਵੀ ਤੂੰ ਮੇਰੀ ਜੂਆਂ ਕੱਢ ਮੈਂ ਤੇਰੀ ਜੂਆਂ ਕੱਢੂੰਗਾ। ਪਰ ਆਹ ਜਿਹੜਾ ਕੰਮ ਹੈ ਨਾ, ਤੁਸੀਂ ਭਾਵੇਂ MP LAD, ਯਾਨੀ ਤੁਸੀਂ ਜਿਹੜੇ ਮਰਜ਼ੀ 13 MP ਪੰਜਾਬ ਦੇ ਵਿੱਚ ਹੈਗੇ ਨੇ, ਤੁਸੀਂ ਸਾਰਿਆਂ ਦੀ ਗ੍ਰਾਂਟ ਕੱਢ ਕੇ ਦੇਖ ਲਓ, ਉਹ ਹੁੰਦੀ ਗ੍ਰਾਂਟ ਸਾਰਿਆਂ ਵਾਸਤੇ ਹੈ। ਹੁਣ ਜਲੰਧਰ ਦੇ ਵਿੱਚ ਇਲੈਕਸ਼ਨ ਹੈਗੇ ਆ, 2 ਇੱਥੋਂ ਰਾਜ ਸਭਾ ਦੇ MP ਬਣਾਏ ਨੇ, 94 ਹਜੇ ਤੱਕ ਖਰਚੀ ਹੋਏ ਜਲੰਧਰ ਦੇ ਉੱਤੇ, ਤੇ ਦੱਸ ਦਿਓ ਹੁਣ ਤੇ ਸਾਲ ਦੇ ਉੱਤੇ ਹੋ ਗਿਆ, ਸਾਲ ਤੋਂ ਉੱਤੇ ਹੋਣ ਦੇ ਬਾਅਦ। ਇੰਦਰਪ੍ਰੀਤ ਕੁਝ ਕਹਿਣਾ ਚਾਹ ਰਹੇ, ਸੁਣ ਲਓ ਕਿਤੇ ਗਲਤੀ ਤਾਂ ਨਹੀਂ ਹੋ ਗਈ। ਮੈਂ ਕਹਿ ਰਿਹਾ ਸੀ ਵੀ ਜਿਹੜੀ MP ਲੈਟ ਦੀ ਹੈਗੀ ਆ ਉਹ ਕੰਸਟੀਚੁਐਂਸੀ ਵਾਸਤੇ ਹੈ, ਜਿਹੜੀ ਰਾਜ ਸਭਾ ਦੀ ਆ ਉਹ ਪੰਜਾਬ ਵਾਸਤੇ, ਜਿਹੜੀ ਸੋਰੀ ਜਿਹੜੀ ਲੋਕ ਸਭਾ ਵਾਲੀ ਹੈਗੀ ਹੈ ਉਹ ਸਿਰਫ ਉਸ ਕੰਸਟੀਚੁਐਂਸੀ ਦੀ ਗ੍ਰਾਂਟ ਹੈ, ਤੇ ਜਿਹੜੀ ਰਾਜ ਸਭਾ ਵਾਲਾ ਮੈਂਬਰ ਹੈ ਉਹ ਸਾਰੇ ਪੰਜਾਬ 'ਚ ਦੇ ਸਕਦਾ। ਇੱਕ ਚੀਜ਼ ਇਹਦੇ 'ਚ ਸ਼ਾਮਲ ਕਰ ਲਓ ਕਿ ਜੇ ਮੰਨ ਲਓ 13 ਹਲਕਿਆਂ ਦੇ ਵਿੱਚੋਂ 13 MP ਜਾਂਦੇ ਆਪਣੇ ਆਪਣੇ ਹਲਕੇ ਨੂੰ ਜਾਣ, ਲੇਕਿਨ ਜਿਹੜਾ ਰਾਜ ਸਭਾ 'ਚ ਜਾਂਦਾ ਇੱਕੋ ਥਾਂ 3-4 ਚਲੇ ਜਾਣ, ਉਹ ਸਾਰੇ ਜਲੰਧਰ ਦੇ ਥੋੜਾ ਹੋ ਗਏ, 7 ਨੇ ਵੰਡ ਕੇ 2 ਜ਼ਿਲ੍ਹੇ ਇਹਨਾਂ ਨੂੰ ਪੰਜਾਬ ਦੇ, ਏਦਾਂ ਨਹੀਂ ਖੇਡਣ ਦੇਣਾ। ਮੈਂ ਕਿਹਾ ਵੀ ਰਾਜ ਸਭਾ ਵਾਲਾ ਪੂਰੇ ਪੰਜਾਬ 'ਚ ਕਿਤੇ ਵੀ ਦੇ ਸਕਦਾ। ਹਾਂ ਰੰਧਾਵਾ ਜੀ, ਜਦ ਆਂਕੜਾ ਛਪਦਾ ਹੁੰਦਾ ਨਾ ਕਿ ਕਿਹੜੇ MP ਨੇ ਕਿੰਨੇ ਪੈਸੇ ਕਿੱਥੇ ਖਰਚੇ, ਉਹਦੇ ਵਿੱਚ ਤੁਸੀਂ ਅਕਸਰ ਇਹ ਦੇਖਿਆ ਹੋਏਗਾ ਕਿ ਬਈ ਫਲਾਣੇ ਬੰਦੇ ਨੇ 60% ਪੈਸੇ ਖਰਚੇ, ਔਰ ਇੱਕ ਆਮ ਆਦਮੀ ਨੂੰ ਲੱਗਦਾ ਹੈ ਕਿ ਅਗਲੇ ਕੋਲ 5 ਕਰੋੜ ਸੀਗੇ, ਖਰਚ ਕਿਉਂ ਨਹੀਂ ਪਾਇਆ। ਖਰਚ ਦਿੰਦਾ, ਗਰੀਬਾਂ ਦੇ ਕੰਮ ਹੀ ਆਉਂਦਾ, ਪਰ ਉਹ ਖਰਚਣ ਵਾਸਤੇ ਵੀ ਬੜੀ ਮੁਸ਼ਕਤ ਕਰਨੀ ਪੈਂਦੀ ਹੈ, ਬੜੇ ਰਾਹ ਲੱਭਣੇ ਪੈਂਦੇ ਆ। ਕਈ ਵਾਰ ਜੋਸ਼ ਹੀ ਚ ਆ ਕੇ MP ਇੱਦਾਂ ਦੀ ਜਗ੍ਹਾ ਦੇ ਉੱਤੇ ਪੈਸੇ ਅਨਾਊਂਸ ਕਰਾਉਂਦੇ ਨੇ ਜਿੱਥੇ ਕਾਨੂੰਨੀ ਤੌਰ ਤੇ ਉਹ ਦੇ ਹੀ ਨਹੀਂ ਸਕਦੇ, ਬਾਅਦ ਚੋਂ ਉਹ ਕਰਾਊਂ ਜਿਹੜੀ ਉਹ ਵਾਲਾ ਪੈਸਾ ਹੈਗਾ ਉਹ ਖੂਹ ਖਾਤੇ ਚਲੇ ਜਾਂਦਾ, ਤੇ ਬਾਅਦ ਚੋਂ ਖੂਹ ਚੋਂ ਕੱਢਣਾ ਬੜਾ ਔਖਾ ਹੁੰਦਾ। ਇਹ ਇੱਕ ਪ੍ਰੋਸੈਸ ਹੈਗਾ ਜਿਹਦੇ ਕਰਕੇ ਬਹੁਤ ਸਾਰੇ MP ਆਪਣਾ ਪੈਸਾ ਖਰਚ ਨਹੀਂ ਪਾਉਂਦੇ। ਤੁਹਾਨੂੰ ਯਾਦ ਹੋਏਗਾ ਨਰਿੰਦਰ ਮੋਦੀ ਉਹਨਾਂ ਜਦ ਪ੍ਰਧਾਨ ਮੰਤਰੀ ਬਣੇ ਤੇ ਉਹਨਾਂ ਨੇ ਸਾਰੇ MP ਨੂੰ ਇੱਕ ਗੱਲ ਕਹੀ ਸੀ ਵੀ ਆਪਣੇ ਆਪਣੀ ਕੌਨਸਟੀਚੁਐਂਸੀ ਦੇ ਵਿੱਚ ਇੱਕ ਪਿੰਡ ਗੋਦ ਲਓ, ਔਰ ਬਹੁਤਾਂ ਨੇ ਗੋਦ ਲਏ ਵੀ, ਪਰ ਉਹ ਕੁੱਛੜ ਤੋਂ ਉਹ ਪਿੰਡ ਕਦੋਂ ਨਿਕਲ ਗਏ ਪਤਾ ਨਹੀਂ। ਔਰ ਜ਼ਿਆਦਾਤਰ MP ਦੇ ਗੋਦ ਲਏ ਪਿੰਡਾਂ ਦਾ ਹਾਲ ਸਭ ਤੋਂ ਜ਼ਿਆਦਾ ਮਾੜਾ ਹੈਗਾ, ਕਿਉਂਕਿ ਉਹ ਗੋਦ ਲੈ ਲਏ ਸੀ, ਕੁੱਛੜ ਤੇ ਚਾੜ ਲਏ ਸੀ, ਪਰ ਉਹਨਾਂ ਕੁੱਛੜ ਤੇ ਚਾੜੇ ਹੋਏ ਪਿੰਡਾਂ ਦਾ ਹਾਲ ਬੁਰਾ ਹੋਣਾ, ਇਸ ਤੋਂ ਹੀ ਤੁਸੀਂ ਕਿਸੇ ਵੀ ਮੈਂਬਰ ਆਫ ਪਾਰਲੀਮੈਂਟ ਦੀ ਇੱਕ ਪ੍ਰਧਾਨ ਮੰਤਰੀ ਦੀ ਉਸ ਡ੍ਰੀਮ ਸਕੀਮ ਦੇ ਉੱਤੇ ਕਾਰਵਾਈ ਨੂੰ ਦੇਖ ਸਕਦੇ ਹੋ। ਪਰ ਚਲੋ ਹੁਣ ਜਲੰਧਰ ਦੇ ਵਿੱਚ ਵੀ ਗੱਲ ਚੱਲ ਰਹੀ ਹੈ ਵੀ ਜਿਹਦਾ MP ਬਣੂਗਾ ਉਹ ਗ੍ਰਾਂਟ ਲੈ ਕੇ ਆਊਗਾ ਤੇ ਤੁਹਾਡੇ ਇੱਥੇ ਕੰਮ ਕਰਾਊਗਾ, ਉਹ ਗ੍ਰਾਂਟ ਕਿੱਥੋਂ ਲੈ ਕੇ ਆਏਗਾ, ਕਿੰਨੇ ਸਾਲ ਕੁ ਹੈਗਾ,
ਉਹ ਗ੍ਰਾਂਟ ਨੂੰ ਹਜੇ ਸਮਝ ਵੀ ਨਹੀਂ ਪਾਏਗਾ ਜਦ ਤੱਕ ਇਹ ਸਾਲ ਲੰਘ ਜਾਣਾ ਹੈ। ਪਰ ਇਲੈਕਸ਼ਨ ਕੱਲ੍ਹ ਸਾਡੇ ਹੈਗੇ ਨੇ, ਉਹਦਾ ਮਾਹੌਲ ਗਰਮ ਹੈ। ਮਾਹੌਲ ਤੇ ਗਰਮ ਹੈ, ਪਰ ਮੈਂ ਤੁਹਾਡੇ ਕੋਲ ਹੀ ਆਉਣਾ ਸੀ ਭਾਸਕਰ ਸਾਹਿਬ। ਹੁਣ ਤੁਸੀਂ ਦੂਜੇ ਦੇ ਖਾਤੇ ਦੀ ਖਬਰ ਦੇ ਉੱਤੇ ਜ਼ਿਆਦਾ ਟਾਈਮ ਲਾ ਗਏ, ਇਸ ਕਰਕੇ ਮੈਂ ਇੰਦਰਪ੍ਰੀਤ ਜੀ ਕੋਲ ਜਾਣਾ ਹੈ। ਇੰਦਰਪ੍ਰੀਤ ਜੀ, ਆਹ ਅਮਰੂਦ ਪੱਕੇ ਨੇ ਅਜੇ ਕਿ ਜਾਂ ਕੱਚੇ ਹੀ ਨੇ? ਉਹ ਗਮਾਡਾ ਵਾਲੀਆਂ ਜ਼ਮੀਨਾਂ ਦਾ ਰੌਲਾ ਅੱਗੇ ਨਾਲੋਂ ਵੱਡਾ ਹੋ ਗਿਆ। ਜਿਹੜੇ ਖੋਜੀ ਪੱਤਰਕਾਰ ਨੇ ਉਹ ਅੰਕੜੇ ਕੱਢ ਕੱਢ ਲਈ ਆਉਂਦੇ ਆ। ਇਹ ਹੁਣ ਵਰਨਰ ਊਜਮ ਨੂੰ ਕਿਉਂ ਫਸਾ ਕੇ ਬਹਿ ਗਏ ਹੋ? ਮੈਨੂੰ ਤਾਂ ਉਹਨਾਂ ਨੇ ਨਿੱਜੀ ਤੌਰ ਤੇ ਕਿਹਾ ਸੀ ਮੇਰਾ ਕੁਛ ਲੈਣਾ ਦੇਣਾ ਨਹੀਂ ਇਹਦੇ 'ਚ, ਤੇ ਫਿਰ ਲੈਣਾ ਦੇਣਾ ਕਿਹੜੇ ਖਾਤੇ 'ਚੋਂ ਕੱਢਿਆ ਜਾ ਰਿਹਾ? ਕੀ ਕਹਿੰਦੇ? ਰੰਧਾਵਾ ਸਾਹਿਬ, ਅਸਲ 'ਚ ਇਹ ਜਿਹੜੀ ਇੱਕ ਰਿਪੋਰਟ ਇਹ ਵੀ RTI ਰਾਹੀਂ ਆਈ ਹੈ, ਸਤਨਾਮ ਸਿੰਘ ਦਾਊ ਹੁਣਾਂ ਨੇ ਕੱਢੀ ਹੈ ਅਤੇ ਫਿਰ ਬਾਅਦ 'ਚ ਸ਼ਿਕਾਇਤ ਵੀ ਉਹਨਾਂ ਨੇ ਕੀਤੀ ਹੈ ਵਿਜੀਲੈਂਸ ਨੂੰ। ਉਹਦੇ ਵਿੱਚ ਉਹਨਾਂ ਨੇ ਹੀ ਜਿਹੜੀ ਹੈਗੀ ਹੈ ਇੱਕ ਜਿਹੜੀ ਇੱਕ ਹੋਰ ਕੱਢੀ ਹੈ ਵਰੁਣ ਰੁਜਮ ਹੋਰਾਂ ਦੀ, ਇੱਕ ਜਿਹੜੀ ਪਰਸੋਨਲ ਡਿਪਾਰਟਮੈਂਟ ਨੂੰ ਉਹ ਆਪਣੀ ਪ੍ਰੋਪਰਟੀ ਰਿਟਰਨ ਦਿੰਦੇ ਹੈ, ਉਹਦੇ ਵਿੱਚ ਹੀ ਇਹ ਆਇਆ ਹੋਇਆ ਕਿ ਉਹਨਾਂ ਨੇ ਖੁਦ ਹੀ ਮੰਨਿਆ ਹੋਇਆ ਸਰਕਾਰ ਨੂੰ ਦਿੱਤਾ ਹੋਇਆ ਇਹ ਅੰਕੜਾ ਕਿ ਉਹਨਾਂ ਨੇ ਬਾਕਰਪੁਰ ਪਿੰਡ ਜਿਹਦੀ ਇਹ ਜਿੱਥੇ ਅਮਰੂਦਾਂ ਦੇ ਬਾਗ ਲੱਗੇ ਹੈ ਐਕਵਾਇਰ ਹੋਈ ਹੈ, ਉਹ ਸਾਰੀ ਮਤਲਬ ਉਹ ਜ਼ਮੀਨ ਲਗਭਗ ਜਿਹੜੀ ਹੈਗੀ ਹੈ 8 ਕਨਾਲ ਉਹ ਉਹਨਾਂ ਦੀ ਔਰ ਉਹਨਾਂ ਦੀ ਵਾਈਫ ਨਾਲ 50-50% ਸ਼ੇਅਰ ਦੇ ਵਿੱਚ ਹੈਗੀ ਹੈ। ਸੋ ਜਦੋਂ ਇੱਕ ਪਾਸੇ ਜਦੋਂ ਉਹ ਇਹ ਕਹਿੰਦੇ ਆ ਕਿ ਬਈ ਮੇਰੀ ਤਾਂ ਮੇਰਾ ਤਾਂ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ, ਤਾਂ ਪਰ ਦੂਜੇ ਪਾਸੇ ਖੁਦ ਹੀ ਮੰਨ ਰਿਹਾ ਕਿ ਹਾਂ ਮੇਰੀ ਜ਼ਮੀਨ ਹੈ ਔਰ ਅਕਵਾਇਰ ਹੋਈ ਆ ਤੇ ਉਹਦਾ ਮੁਆਵਜ਼ਾ ਮਿਲਿਆ, ਤਾਂ ਮੈਨੂੰ ਲੱਗਦਾ ਫਿਰ ਸ਼ੱਕ ਜਿਹੜਾ ਹੈਗਾ ਉਹ ਗਹਿਰਾ ਹੋ ਜਾਂਦਾ। ਤਾਂ ਇਹੀ ਚੀਜ਼ਾਂ ਜਿਹੜੀਆਂ ਨੇ ਉਹ RTI ਦੇ ਵਿੱਚ ਨਿਕਲ ਨਿਕਲ ਕੇ ਆ ਰਹੀਆਂ ਨੇ। ਹਜੇ ਹੋਰ ਵੀ ਕਹਿੰਦੇ 3 IS ਹੈਗੇ ਆ, ਹਜੇ ਉਹਨਾਂ ਦੀ ਨਿਕਲੀ ਨਹੀਂ ਹੈ ਉਸ ਦੇ ਉੱਤੇ, ਮਤਲਬ ਵਿਜੀਲੈਂਸ ਵੀ ਜਾਂਚ ਕਰ ਰਹੀ ਹੈ। ਹੁਣ ਦੇਖੋ ਜਦੋਂ ਉਹਨਾਂ ਦੇ ਕੁਛ ਕਾਗਜ਼ ਬਾਹਰ ਆਏ ਤਾਂ ਫਿਰ ਉਹ ਵੀ ਜਾਣਕਾਰੀ ਦੇਵਾਂਗੇ ਕਿ ਹਜੇ, ਲੇਕਿਨ ਕਿਉਂਕਿ ਉਹ ਆਏ ਨਹੀਂ ਹੈ, ਸਿਰਫ ਵਿਜੀਲੈਂਸ ਨੇ ਇਹ ਕਿਹਾ ਵੀ 3 ਹੋਰ ਹੈਗੇ ਆ ਜੀ। ਭਾਸਕਰ ਸਾਹਿਬ ਤੇ ਕੱਖ ਨਹੀਂ ਬੋਲਣਗੇ, ਤੇ ਦੇਖੋ ਜੇ ਬੋਲਣਗੇ ਤਾਂ। ਨਹੀਂ ਦੇਖੋ, ਇਹ ਅਮਰੂਦਾਂ ਦੇ ਬਾਗ ਦਾ ਰੌਲਾ ਪੈ ਗਿਆ ਐਂ। ਉਹ ਠੀਕ ਹੈ, ਅਮਰੂਦ ਉਗਾਏ ਸੀ ਉਹਨਾਂ ਨੇ, 132 ਲੱਗ ਸਕਦੇ ਨੇ, 2500 ਲਾ ਲੈ, ਕੀ ਦਿੱਕਤ ਹੈਗੀ ਹੈ? ਤੇ ਸਾਡੇ ਦੇਸ਼ ਦੀ ਜਨਸੰਖਿਆ ਇੰਨੀ ਜ਼ਿਆਦਾ ਹੈਗੀ ਹੈ, ਅਮਰੂਦਾਂ ਵਰਗਾ ਬੰਦੇ ਹੈਗੇ ਨੇ, ਬੰਦੇ ਵਰਗੇ ਅਮਰੂਦਾ ਹੈਗੇ ਨੇ। ਭਾਵੇਂ ਜੇਲ੍ਹਾਂ ਦੀ ਗੱਲ ਕਰ ਲਓ, ਜੇ 2000 ਦੀ ਕੈਪੈਸਿਟੀ ਹੈਗੀ ਹੈ ਤਾਂ ਉੱਥੇ 5000 ਹੈਗੇ, ਤੇ ਅਮਰੂਦਾਂ ਦਾ ਕੀ ਕਸੂਰ? ਹੁਣ ਰੂਜਮ ਸਾਹਿਬ ਨੇ ਇਹ ਗੱਲ ਪਹਿਲੇ ਤਾਂ ਮਨਾ ਕੀਤੀ ਸੀ ਵੀ ਮੇਰਾ ਕੋਈ ਲੈਣਾ ਦੇਣਾ ਨਹੀਂ। ਹੁਣ ਆਪਣੀ ਹੀ ਰਿਟਰਨ ਦੇ ਵਿੱਚ ਉਸ ਬਾਕਰਪੁਰ ਪਿੰਡ ਦੇ, ਮੈਨੂੰ ਇਹ ਲੱਗਦਾ ਜਦ ਉਹ ਮਨਾ ਕਰ ਰਹੇ ਸੀ ਨਾ, ਹੋ ਸਕਦਾ ਉਹ ਕਹਿ ਰਹੇ ਮੈਂ ਅਮਰੂਦਾਂ ਦਾ ਕੰਪਨਸੇਸ਼ਨ ਨਹੀਂ ਲਿੱਤਾ, ਮੈਂ ਤੇ ਜ਼ਮੀਨ ਦਾ ਕੰਪਨਸੇਸ਼ਨ ਲਿੱਤਾ ਜਿਹੜੀ ਮੇਰੇ ਰਿਟਰਨ ਦੇ ਵਿੱਚ ਹੈਗੀ ਹੈ। ਹੁਣ ਇਹ ਤੇ ਚਲੋ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ, ਕੁਝ ਹੋਰ ਅਫਸਰਾਂ ਦੀ ਵੀ ਗੱਲ ਚੱਲਦੀ ਪਈ ਹੈ, 3-4 ਹੋਰ ਹੋ ਸਕਦੇ ਨੇ। ਪਰ ਇਹ ਗੱਲ ਸਿਰਫ ਬਾਕਰਪੁਰ ਪਿੰਡ ਤੱਕ ਸੀਮਿਤ ਨਹੀਂ ਹੈ ਰੰਧਾਵਾ ਜੀ, ਪੂਰੀ ਪੂਰੇ ਪੰਜਾਬ ਦੇ ਵਿੱਚ, ਮੈਂ ਪੰਜਾਬ ਵੀ ਕਿਉਂ ਕਹਾਂ, ਤੁਸੀਂ ਜਿਹੜਾ ਮਰਜ਼ੀ ਸੂਬਾ ਲੈ ਲਓ, ਜਿੱਥੇ ਜਿੱਥੇ ਜ਼ਮੀਨ ਐਕਵਾਇਰ ਹੁੰਦੀ ਹੈ ਉੱਥੇ ਉੱਥੇ ਇਹ ਖੇਡ ਚੱਲਦਾ। ਔਰ ਇਹ ਖੇਡ ਬਾਕਰਪੁਰ ਤੋਂ ਬਾਕਰਪੁਰ ਪਿੰਡ ਦੇ ਵਿੱਚ ਹੀ ਨਹੀਂ ਚੱਲਿਆ, ਹੁਸ਼ਿਆਰਪੁਰ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿੰਨਾ ਕੁ ਵੱਡਾ ਘੁਟਾਲਾ ਹੋਇਆ ਸੀਗਾ। ਉਸ ਤੋਂ ਬਾਅਦ SDM ਸਾਹਿਬ ਦੀ 2-4 ਦੇ ਵਾਰ ਟ੍ਰਾਂਸਫਰ ਹੋਈ, ਅੱਜ ਫੇਰ ਉਹ ਉੱਥੇ ਹੀ ਨੇ ਜਿੱਥੇ ਸੀਗੇ। ਪਰ ਇਹਨਾਂ ਘੁਟਾਲਿਆਂ ਦੇ ਵਿੱਚ ਕੁਝ ਹੁੰਦਾ ਹਵਾਂਦਾ ਨਹੀਂ ਹੈ, ਅਫਸਰਾਂ ਦਾ ਤੇ ਪ੍ਰਾਪਰਟੀ ਡੀਲਰਾਂ ਦਾ ਖੇਡ, ਜਿੱਥੇ ਜਿੱਥੇ ਜ਼ਮੀਨ ਐਕਵਾਇਰ ਹੁੰਦੀ ਹੈ ਉੱਥੇ ਉੱਥੇ ਇਹ ਚੱਲਦਾ। ਪਰ ਅਗਰ ਤੁਸੀਂ ਅਮਰੂਦਾਂ ਦੇ ਮਗਰ ਪੈ ਗਏ ਤੇ ਫਿਰ ਕਈ ਕਈ ਬਾਗ ਇਹਦੇ ਆਲੇ ਆਣਗੇ। ਇੱਥੇ ਤੇ ਤੁਹਾਨੂੰ ਯਾਦ ਹੋਏਗਾ ਚੀਤੇ ਦੀ ਵੀ ਗੱਲ ਫੈਲਾਈ ਗਈ ਸੀ ਵੀ ਚੀਤਾ ਆ ਗਿਆ, ਚੀਤਾ ਆ ਗਿਆ। ਚੀਤਾ ਇਸ ਕਰਕੇ ਆਇਆ ਸੀਗਾ ਉੱਥੇ ਕਿ ਲੋਕੀ ਆਉਣ ਨਾਲ ਜਦ ਪੈਮਾਇਸ਼ ਹੋਏ, ਅਮਰੂਦਾਂ ਦਾ ਹਿਸਾਬ ਕਿਤਾਬ ਹੋਏ, ਤੇ ਲੋਕੀ ਚੀਤੇ ਤੇ ਡਰ ਕੇ ਆਪਣੇ ਆਪਣੇ ਘਰਾਂ ਦੇ ਵਿੱਚ ਵੜ ਜਾਣ, ਫਿਰ ਆਪਾਂ ਅਮਰੂਦਾਂ ਦਾ ਹਿਸਾਬ ਇਕੱਲੇ ਬੈਠ ਕੇ ਕਰ ਲਾਂਗੇ। ਉਦਾਂ ਹੀ ਸਭ ਕੁਝ ਇੱਦਾਂ ਇਸ ਕੇਸ ਦੇ ਵਿੱਚ ਵੀ ਹੋਇਆ। ਇਹੋ ਜਿਹਾ ਮਾਮਲਾ ਇੱਕ ਕਈ ਸਾਲ ਪਹਿਲਾਂ ਬਠਿੰਡੇ ਦੇ ਵਿੱਚ ਆਉਂਦਾ, ਔਰ ਉਹਦੇ ਵਿੱਚ 2 IS ਜਿਹੜੇ ਹੁਣ ਬਹੁਤ ਸੀਨੀਅਰ ਜਗ੍ਹਾ ਤੇ ਆ, ਮੈਂ ਤਾਂ ਕਹੂੰਗਾ ਮੁੱਖ ਮੰਤਰੀ ਦਫ਼ਤਰ ਦੇ ਬੜੇ ਨੇੜੇ ਆ, ਉਦੋਂ ਉੱਥੇ ਸ਼ਾਇਦ ਸੀਵਰੇਜ ਪਲਾਂਟ ਸੀ ਲੱਗਣਾ ਜਾਂ ਕੀ ਹੋਣਾ ਸੀਗਾ, ਮੈਨੂੰ ਯਾਦ ਹੈ। CBI ਕੋਲ ਅਜੇ ਵੀ ਇਨਕੁਆਇਰੀ ਹੈਗੀ ਉਹਦੀ, ਔਰ ਇੱਕ DC ਸੀਗੇ ਤੇ ਇੱਕ ਮਿਊਂਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸੀਗੇ, ਔਰ ਉਹ ਦੋਨੇ ਬੰਦੇ ਕਾਫੀ ਵੱਡੇ ਨੇ। ਖੈਰ ਅੱਗੇ ਤੁਰਦੇ ਆ, ਇੰਦਰਪ੍ਰੀਤ ਜੀ ਉਹ ਵੀ ਕੱਢ ਕੇ ਲਿਆਵਾਂਗੇ, ਇੱਦਾਂ ਛੱਡਦੇ ਨਹੀਂ, ਉਹ ਤੇ ਕਿਸੇ ਦਿਨ ਨਿੱਠ ਕੇ ਗੱਲ ਕਰਦੇ ਆ, ਡਾਟਾ ਸਾਰਾ ਸਾਡੇ ਕੋਲ ਪਿਆ। ਪਰ ਲਾਸਟ ਵਿੱਚ ਇੰਦਰਪ੍ਰੀਤ ਜੀ, ਭਾਸਕਰ ਸਾਹਿਬ ਇੱਕ ਸਾਂਝੀ ਖਬਰ ਲੈ ਲਓ, ਜਿਹੜੀ ਜਰਨਲਿਸਟ ਲੜਕੀ ਹੈ ਭਾਵਨਾ ਗੁਪਤਾ, ਜਿਹਦਾ ਜ਼ਿਕਰ ਹੁਣ ਆ ਰਿਹਾ, ਪਹਿਲਾਂ ਭਾਵਨਾ ਕੁਮਾਰੀ ਤੇ ਕਿਸ਼ੋਰ ਦਾ ਜ਼ਿਕਰ ਵੀ ਹੁੰਦਾ ਰਿਹਾ, ਲੇਕਿਨ ਅੱਜ ਹਾਈ ਕੋਰਟ ਦੇ ਵਿੱਚ ਜਿਸ ਨਾਂ ਤੇ ਪਟੀਸ਼ਨ ਲੱਗੀ ਆ ਉੱਥੇ ਸੁਣਵਾਈ ਕੱਲ ਹੋਈ ਆ, ਅੱਜ ਫਿਰ ਸੁਣਵਾਈ ਹੋਊਗੀ ਕਿ FIR ਕੁਐਸ਼ ਕਰਨ ਸੰਬੰਧੀ ਜਿਹੜੀ ਪਟੀਸ਼ਨ ਹੈ ਉਹਦੇ ਤੇ ਸੁਣਵਾਈ ਹੋਊਗੀ। ਕੱਲ ਜ਼ਮਾਨਤ ਉਹਦੀ ਅੱਗੇ ਵਧਾਈ ਗਈ ਆ, ਲੇਕਿਨ ਸਵਾਲ ਇਹ ਹੈ ਕਿ ਜਦੋਂ ਸੁਣਵਾਈ ਦੌਰਾਨ ਇਹ ਮਾਮਲਾ ਉੱਠ ਖੜੇ ਕਿ ਜੇਕਰ ਸੱਚਮੁੱਚ ਇਹ ਪੋਲੀਟੀਕਲ ਮਾਮਲਾ ਹੈ, ਤਾਂ ਫਿਰ
उस व्यक्ति का ना उस सियासी बंदे का ना पटीशन च पाओ, ये भी सवाल उठा भास्कर साहब। देखो गल्लां बहुत सारी हुई हैं। शुक्रवार को इंसीडेंट होया सी जब टाइम्स नाउ दे एक सीनियर पत्रकार भावना गुप्ता लुधियाना दे विच मोहल्ले क्लिनिक का इनोग्रेशन कवर करन आई सी। इनविटेशन से इनविटेशन भी किया सीगा केजरीवाल उन्हां दा सीगा कि इत्थे असीं 80 मोहल्ला क्लिनिक खोल रहे हैं। इदां दा की होया कि वो एक टक्कर हुंदी है कार दी, कार दे विच भावना गुप्ता पिछे बैठी हुंदी है और भावना गुप्ता सने एक जिहड़ा कैमरामैन सीगा ते ड्राइवर, तिन्हां दे उत्ते एससी एसटी का केस लग जाता है। बाकी एक्सीडेंट का केस हुंदा वो पिछे बैठे हुए व्यक्ति के उत्ते नहीं हुंदा। यह कानून कहता है कि भी जिहड़ा ड्राइवर है वो उत्ते सिर्फ केस हुंदा है। इस केस नूं लैके नैशनल मीडिया ने बड़ा रौला पाया, पाना पाता भी सी क्योंकि 45 करोड़ रुपए जिहड़े केजरीवाल उन्हां दी कोठी के उत्ते कथित तौर पर खर्च हुए सी उहदी बड़ी डट के निठ के रिपोर्ट भावना गुप्ता ने कुछ दिन पहले ही कीती सीगी। मुद्दा हुण पोलिटिकल वंदेता करके निकलिया और जज साहब जब यह जस्टिस दीपक सिब्बल उन्होंने कोर्ट के गया और वो भावना गुप्ता उन्होंने वकील ने कहा कि यह पोलिटिकल वंदिता का केस है। तो दीपक सिब्बल उन्होंने यह कहा कि अगर यह पोलिटिकल वंदिता का केस है तो उस पोलिटिकल धिर को भी पार्टी बनाया बनाना चाहिए जिदे करके तुसी जिदे उत्ते तुसी इल्जाम ला रहे हो। बाद चो उन्होंने इस सुनवाई तो अपने आप को अलग कर लिया तो फिर ए जी मसीह उन्होंने कोर्ट के कल गया। अज ए उत्ते दोबारा सुनवाई है, अज तक उन्होंने इंटरीम बेल मिली हुई है। पर यह मुद्दा यह केस जलंधर की इलेक्शन के भी एक वड्डा मुद्दा वजों उभरिया है और डिस्कस भी होया। तकरीबन सारी पोलिटिकल पार्टियां ने सरकार को घेरन वास्ते इस मुद्दे को उछालिया भी है। मुद्दे के विच कितना दम है क्योंकि पत्रकारों के नाल ऐसा दी चीज़ा बहुत वड्डे लैवल पर पिछले दिनों के हुई है, भावें अमृतपाल का मामला सीगा या फिर हुण 45 करोड़ के मामले के विच भी कई चैनल, क्योंकि कल जब असी सवेरे यह प्रोग्राम नहीं किया तो शाम तक कई फोन आ गए थे और ज्यादातर फोन यह पूछने वाले थे कि कितने तुहाडे चैनल नूं भी बैन तो नहीं करता सरकार ने। यानी इन्नी कु गल दे उत्ते ही लोगों के विच इदां दे शक शुबे पैदा होने और सरकारां दे प्रति इस तरीके का रवैया होना, यह अपने आप च एक बड़ी अजीब जी गल हैगी है कि असी एक आजाद भारत आजाद सूबे दे विच रह रहे हैं या सरकारां जिथे मर्जी डंडा चला दे उहदे वास्ते वो फ्री हैगे। इंद्रप्रीत जी आखिरी टिप्पणी इतने। रंधावा साहब यह बिल्कुल इस से टिप्पणी बनती है। देखो इस सारे प्रेस क्लब के, चंडीगढ़ प्रेस क्लब ने भी, दिल्ली प्रेस क्लब ने भी, सारे ने भी इस से निठ के मतलब कहा है भी यह बहुत गलत होया। और मैं तुम दसा जी, मैं अभी कल सैक्रेट्रेट च काफ़ी घूमे, कल तो क्योंकि इधर वेले ही सी, सारे तो मंत्री उधर गए हुए ने जलंधर, सो उन्होंने भी गल हुई तो वो खुद ही मन रहे थे कि इन्ना धक्का नहीं सरकारों करना चाहिए ते असीं गल भी करांगे। चलो सीएमओ दे बंदे क्योंकि गवर्नमेंट नूं टाइम टू टाइम वो करते रहिंदे है, उन्होंने भी कहा कि ये ठीक नहीं हो रहा। और देखो जज साहब ने तो क्लियर ही करता कि जब तक ये मतलब याचिका दे विच किसी पोलिटिकल बंदे का नाँ नहीं आता जिदे तो बारे तुसीं कह रहे हो, उद तक ये फिर जिहड़ी जमानत है वह दित्ती हुई है। तो मैनूं लगता कि हुण जब या तो याचिकाकर्ता ही अगे आएंगे क्योंकि तो टाइम्स ग्रुप वड्डा ग्रुप है, मैनूं लगता कि वह और उन्होंने मैनू जो दसिया गया कि बहुत बड़े बड़े वकील इतने किए हुए ने इस केस नू लैके, मैनू लगता कि वो छोड़नगे तो नहीं। ये चंगी गल भी है, साडे लिए भी चंगी गल है, सरकारां नू भी थोड़ा जा शायद कितने ये आ जाए दिमाग च भी यार हर एक जगह पत्रकारां नाल पंगा लेना भी ठीक नहीं है। बहुत धन्यवाद। थैंक यू धन्यवाद जी।